ਗੁਰੂ ਸਾਰੀਓ ਜੀ ਅਦਬ ਨਾਲ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਗੁਰੂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ ਇੱਕ ਮੁਬਾਰਕ ਸ਼ਬਦ ਆਪਾਂ ਪਿਛਲੇ ਦਿਨਾਂ ਤੋਂ ਵਿਚਾਰਦੇ ਆ ਰਹੇ ਹਾਂ ਸਤ ਗੁਰੂ ਜੀ ਨੇ ਸਾਡੀ ਜ਼ਿੰਦਗੀ ਤੇ ਕਈ ਗੁੱਝੇ ਪੇਦਾ ਨੂੰ ਖੋਲਿਆ ਅਤੇ ਧਰਮ ਕਮਾਉਣਾ ਸੌਖ ਕਰ ਦਿੱਤਾ। ਓ ਮubaruk ਸ਼ਬਦ ਪਹਿਲਾਂ ਮੈਂ ਆਪ ਜੀ ਦੇ ਖਿਆਲ ਵਿੱਚ ਰੱਖਦਿਆਂ ਗੁਰਸਤਗੁਰ ਕਾ ਜੋ ਸਿੱਖ ਅਖਾਏ ਜੀ ਨੂੰ ਲੋਕ ਸਤਿਗੁਰੂ ਦਾ ਸਿੱਖ ਕਹਿੰਦੇ ਨੇ। ਸੋ ਭਲਕੇ ਉਠ ਹਰ ਨਾਮ ਤੇ ਆਵੇ। ਉਡੀ ਜ਼ਿੰਦਗੀ ਦਾ ਇਹ ਨੀਮ ਹੋਣਾ ਚਾਹੀਦਾ ਹੈ ਰੱਬ ਨਾਲ ਰਿਸ਼ਤਾ ਜੋੜ ਕੇ ਰੱਖਣਾ ਰੱਬੀ ਯਾਦ ਵਿੱਚ ਜਿਉਣਾ ਉਦਮ ਕਰੇ ਭਲਕੇ ਪਰਬਤੀ ਇਸ਼ਨਾਨ ਕਰੇ ਅੰਮ੍ਰਿਤ ਸਰਨਾਵੇ ਉਹਦਾ ਜੀਵਨ ਉਦਮੀ ਹੋਵੇ ਆਲਸ ਨਾਲ ਵਾਸਤਾ ਨਾ ਹੋਵੇ ਆਪਣੇ ਆਪ ਨੂੰ ਸੁਚੇਤ ਕਰਕੇ ਅਮਰ ਸਰਦਾ ਅਰਥ ਸੀ ਅਧਿਆਤਮਕ ਤੌਰ ਤੇ ਅੰਤਰ ਆਤਮੇ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰ ਗਤ ਤੀਰਥ ਮੰਨ ਉਹਦੇ ਉੱਤੇ ਵੀ ਇਸ਼ਨਾਨ ਕਰੇ ਆਪਣੇ ਆਪੇ ਨੂੰ ਦੇਖੇ ਇਹ ਬੜੀ ਵੱਡੀ ਗੱਲ ਹੁਣ ਅੱਜ ਤੋਂ ਉਸ ਤੋਂ ਅਗਲੀ ਪੰਕਤੀ ਉਪਦੇਸ਼ ਗੁਰੂ ਹਰਿ ਹਰਿ ਜਪ ਜਾਪੈ ਸਭ ਕਿਲਵਿਕ ਪਾਪ ਦੁੱਖ ਲੈ ਜਾਵੇ ਅੱਜ ਇਸ ਪੰਕਤੀ ਦੀ ਆਪਾਂ ਵਿਚਾਰ ਕਰਨ ਦੀ ਕੋਸ਼ਿਸ਼ ਕਰਾਂਗੇ ਸਤਿਗੁਰੂ ਕਿਰਪਾ ਕਰੇ ਆਪਾਂ ਇਸ ਸ਼ਬਦ ਨੂੰ ਇਸ ਮੁਬਾਰਕ ਬਚਨ ਨੂੰ ਇਸ ਪੰਕਤੀ ਨੂੰ ਸਮਝ ਸਕੀਏ ਆਮ ਤੌਰ ਤੇ ਕਿਹਾ ਜਾਂਦਾ ਹੈ ਭਈ ਭਾਰੀ ਤੌਰ ਤੇ ਪੰਕਤੀ ਨੂੰ ਪੜ ਲੈਣਾ ਗੱਲ ਵੱਖਰੀ ਹੈ ਪਰ ਉਸ ਦੀ ਬੁੱਕਲ ਵਿੱਚ ਸੰਭਾਲੇ ਹੋਏ ਉਹ ਪਵਿੱਤਰ ਬਚਨ ਉਹ ਵਿਚਾਰ ਉਹਨੂੰ ਸਮਝ ਕੇ ਤੁਰਿਏ ਇਸ ਅਰਥੇ ਦੀਪਨ ਵਿੱਚ ਜਿੱਥੇ ਧਰਮ ਕਮਾਉਣ ਦਾ ਉਤਸ਼ਾਹ ਪੈਦਾ ਹੁੰਦਾ ਹੈ ਉੱਥੇ ਬੁਰਾਈਆਂ ਤੋਂ ਕਿਨਾਰਾ ਕਰਨ ਦੀ ਪ੍ਰੇਰਣਾ ਵੀ ਮਿਲਦੀ ਹੈ ਦਾਤਾਰ ਜੀ ਦਾ ਬਚਨ ਮੈਂ ਇੱਕ ਵਾਰੀ ਫਿਰ ਦੁਹਰਾਵਾਂ ਉਪਦੇਸ਼ ਗੁਰੂ ਹਰਿ ਹਰਿ ਜਪ ਜਪੈ ਸਭ ਕਿਲਵਿਕ ਪਾਪ ਦੋਖ ਲੈ ਜਾਵੇ ਹੁਣ ਦੇਖੋ ਦੁਨੀਆ ਜਪ ਕਿੰਨੀ ਰਹੀ ਹੈ ਹਰ ਧਰਮ ਦੇ ਵਿੱਚ ਸੰਸਾਰ ਦੇ ਕੋਨੇ-ਕੋਨੇ ਵਿੱਚ ਕਰੀਬ-ਕਰੀਬ ਹਰ ਉਮਰ ਦੇ ਬੰਦੇ ਕਿਸੇ ਨਾ ਆਪੋ ਆਪਣੇ ਤਰੀਕੇ ਦੇ ਨਾਲ ਕਿਸੇ ਨਾ ਕਿਸੇ ਤਰੀਕੇ ਨਾਲ ਜਾਪਤਾ ਕਰ ਹੀ ਰਹੇ ਆ ਪਰ ਜਦੋਂ ਸੰਸਾਰ ਅੰਦਰ ਝਾਤ ਮਾਰਨੇ ਆ ਇਤਨੇ ਧਾਰਮਿਕ ਸਥਾਨ ਇਤਨੇ ਧਾਰਮਿਕ ਲੋਗ ਇਤਨੀ ਧਾਰਮਿਕ ਦੁਨੀਆ ਦੇ ਵਿੱਚ ਚਰਚਾ ਪਰ ਅੱਜ ਵੀ ਦੇਖ ਕੇ ਲੱਗਦਾ ਧਰਤੀ ਧਰਮ ਸ਼ਾਲਾ ਨੂੰ ਅਸੀਂ ਪਾਪਾਂ ਦੀ ਨਗਰੀ ਬਣਾ ਕੇ ਰੱਖ ਦਿੱਤਾ ਸਤਗੁਰੂ ਦਾ ਬਚਨ ਤੇ ਬੜਾ ਪਿਆਰਾ ਸੀ ਉਪਦੇਸ਼ ਗੁਰੂ ਹਰਿ ਹਰਿ ਜਪ ਜਪੈ ਸਭ ਕਿਲ ਵਿਖ ਪਾਪ ਦੁਖ ਲੈ ਜਾਵੇਂ ਵਾਧਾ ਤੇ ਧਰਮੀਆਂ ਦਾ ਹੋਣਾ ਚਾਹੀਦਾ ਸੀ ਵਾਧਾ ਤੇ ਪਾਪੀਆਂ ਦਾ ਹੁੰਦਾ ਜਾ ਰਿਹਾ ਵਾਧਾ ਤੇ ਪਾਪ ਦਾ ਹੋਰ ਜਾ ਰਿਹਾ ਕਾਰਨ ਕੀ ਹੈ ਅੱਜ ਇਸ ਪੰਕਤੀ ਵਿੱਚ ਬੜਾ ਵਧੀਆ ਰਹੱਸ ਗੁਰਦੇਵ ਸੱਚੇ ਪਾਤਸ਼ਾਹ ਨੇ ਬਖਸ਼ਿਸ਼ ਕੀਤਾ ਹੋਇਆ ਹੈ ਕਹਿੰਦੇ ਜਪਨ ਦਾ ਢੰਗ ਗੁਰੂ ਉਪਦੇਸ਼ ਅਨੁਸਾਰ ਨਹੀਂ ਹੈ ਆਪਾਂ ਆਪਣੇ ਤੌਰ ਤੇ ਸਭ ਨਹੀਂ ਛਾਲਾ ਮਾਰੀਆਂ ਕਰਤਾ ਕਰੇ ਸੋ ਹੋਏ ਹਰ ਬੰਦਾ ਆਪਣੇ ਆਪ ਨੂੰ ਧਰਮੀ ਕਹੋਂਦਾ ਪਰ ਧਰਮੀ ਤੇ ਉਦੋਂ ਹੋਏਗਾ ਨਾ ਜਦੋਂ ਗੁਰੂ ਦੀ ਕਸਵੱਟੀ ਤੇ ਪੂਰਾ ਉਤਰੇਗਾ ਜਪ ਤੇ ਸਾਰੀ ਕਰਦੇ ਆਪਾਂ ਪਰ ਜਿਹੜਾ ਜਾਪ ਗੁਰੂ ਦੇ ਅਨੁਸਾਰੀ ਹੋ ਕੀ ਕਰਨਾ ਹੁਣ ਇਸ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਕੁਝ ਗੱਲਾਂ ਐਸੀਆਂ ਨੇ ਜ਼ਿੰਦਗੀ 'ਚ ਜਿਨ੍ਹਾਂ ਦੀ ਸਮਝ ਗੁਰੂ ਤੋਂ ਬਿਨਾ ਮਨੁੱਖ ਨੂੰ ਲੱਗ ਨਹੀਂ ਸਕਦੀ ਉਹ ਗੁਰੂ ਹੀ ਉਪਦੇਸ਼ ਬਖਸ਼ਿਸ਼ ਕਰਦਾ ਜਿਵੇਂ ਤੁਹਾਨੂੰ ਆ ਵੀ ਤੌਰ ਤੇ ਉਦਾਹਰਨ ਲਵਾਂ ਅਸੀਂ ਭਾਵੇਂ ਜਿੰਨੀ ਮਰਜ਼ੀ ਕਿਸੇ ਕੋਲ ਅਕਲ ਹੋਵੇ ਹਰ ਬਾਪ ਨੂੰ ਆਪਣਾ ਪੁੱਤ ਸਿਆਣਾ ਲੱਗਦਾ ਹੈ ਹਰ ਬਾਪ ਨੂੰ ਆਪਣਾ ਪੁੱਤ ਦਾਨਾ ਲੱਗਦਾ ਆਪਣੀ ਧੀ ਬਹੁਤ ਸਿਆਣੀ ਲੱਗਦੀ ਹੈ ਪਰ ਫਿਰ ਵੀ ਆਪਾਂ ਉਹਨੂੰ bari ਤੌਰ ਤੇ ਗਿਆਨ ਲੈਣ ਵਾਸਤੇ ਭੇਜਦੇ ਆਂ ਗਿਆਨ ਦੀ ਮਨੁੱਖ ਨੂੰ ਕਿੰਨੀ ਲੋੜ ਐ ਇਸ ਕੱਲ ਦਾ ਸਬੂਤ ਅੱਜ ਦੁਨੀਆ ਤੋਂ ਮਿਲਦਾ ਕਿੰਨੇ ਸਕੂਲ ਨੇ ਕਿੰਨੇ ਕਾਲਜ ਨੇ ਕਿੰਨੀਆਂ ਯੂਨੀਵਰਸਿਟੀਆਂ ਨੇ ਕਿੰਨੇ ਹੋਰ ਵਿਦਿਆਕ ਆਧਾਰੇ ਨੇ ਜਿਨ੍ਹਾਂ ਦੇ ਵਿੱਚ ਅਸੀਂ ਰੋਜ਼ ਦਿਹਾੜੇ ਆਪਣੇ ਬੱਚਿਆਂ ਨੂੰ ਸਿੱਖਣ ਵਾਸਤੇ ਭੇਜਦੇ ਆਂ ਕਿੰਨਾ ਕਿੰਨਾ ਪੈਸਾ ਖਰਚ ਕਰਦੇ ਆਂ ਤੇ ਕਿੰਨੀ ਕਨੀ ਮਿਹਨਤ ਕਰਦੇ ਆਂ ਇਹ ਸਭ ਕੁਝ ਕਾਦੇ ਲਈ ਐ ਸ਼ਿਰਫ ਇਸ ਲਈ ਪਛਾੜੇ ਬੱਚਿਆਂ ਨੂੰ ਜੀਵਨ ਦੀ ਸਫਲਤਾ ਦਾ ਗਿਆਨ ਮਿਲ ਜਾਏ ਸਾਨੂੰ ਜੀਵਨ ਦੀ ਸਫਲਤਾ ਦਾ ਗਿਆਨ ਮਿਲ ਜਾਏ ਬਿਲਕੁਲ ਇਸੇ ਤਰ੍ਹਾਂ ਅਸੀਂ ਕਈ ਵਾਰੀ ਆਪਣੀ ਹੀ ਮੱਤ ਦੇ ਨਾਲ ਜਦੋਂ ਧਰਮ ਕਮਾਉਣ ਦੀ ਕੋਸ਼ਿਸ਼ ਕਰਨੇ ਹੈ ਤਾਂ ਸੱਚ ਕਰਕੇ ਜਾਣੋ ਗੁਰੂ ਜੀ ਖੋਕਾ ਲਾਉਂਦੇ ਨੇ ਗੁਰ ਕੀ ਮੱਤ ਤੋਂ ਲਿਹੇ ਈਆਣੇ ਪੁੱਤ ਤੂੰ ਹਜੇ ਇਆਣਾ ਹੀ ਐ ਧਰਮ ਦੀ ਦੁਨੀਆ 'ਚ ਉਮਰਾਂ ਦੇ ਤਕਾਜ਼ੇ ਨਹੀਂ ਹੁੰਦੇ ਗੁਰ ਕੀ ਮਤ ਤੋਂ ਲਿਹੇ ਇਆਣੇ ਭਗਤ ਬਿਨਾ ਬਹੁ ਡੂਬੇ ਸਿਆਣੇ ਬੜੇ ਸਿਆਣੇ ਤੋਂ ਸਿਆਣੇ ਸਮਝਣ ਵਾਲੇ ਲੋਕ ਵੀ ਧਰਮੀ ਰਾਹ ਤੇ ਤਿਲਕ ਜਾਂਦੇ ਨੇ ਪੁੱਤ ਗੁਰੂ ਦੇ ਉਪਦੇਸ਼ ਅਨੁਸਾਰ ਜਪਣ ਦੀ ਕੋਸ਼ਿਸ਼ ਕਰੀ ਫਿਰ ਥੋੜਾ ਜਪਿਆ ਵੀ ਬਹੁਤਾ ਮੁੱਲ ਪਹਿ ਜਾਏਗਾ ਹੁਣ ਕੁਝ ਗੱਲਾਂ ਨੇ ਜਿਨ੍ਹਾਂ ਦੀ ਮਨੁੱਖ ਨੂੰ ਸਮਝ ਨਹੀਂ ਲੱਗਦੀ ਨੰਬਰ 1 ਮਨੁੱਖ ਨੂੰ ਇਹ ਕੋਈ ਨਹੀਂ ਸਮਝ ਪਹਿਲੀ ਗੱਲ ਭਈ ਰੱਬ ਕੀ ਹੈ ਕਦੇ ਬੰਦਾ ਦਰਖਤਾਂ ਨੂੰ ਪੂਜਦਾ ਫਿਰਦਾ ਕਦੇ ਬੰਦਾ ਕਬਰਾਂ ਦਾ ਪੁਜਾਰੀ ਬਣ ਜਾਂਦਾ ਕਦੇ ਕਿਸੇ ਕੁਦਰਤ ਦੇ ਅੰਗ ਨੂੰ ਪੂਜਦਾ ਹੈ ਕਈ ਵਾਰੀ ਮੂਰਤੀਆਂ ਅਸੀਂ ਆਪ ਹੀ ਖੁਦ ਬੰਦੇ ਦੀਆਂ ਬਣਾਈਆਂ ਹੋਈਆਂ ਉਹਨਾਂ ਨੂੰ ਰੱਬ ਬਣਾ ਕੇ ਪੂਜਣ ਲੱਗ ਪਏ ਆ ਮੁਬਾਰਕ ਜਿਨ੍ਹਾਂ ਦੇ ਇਹ ਵਿਸ਼ਵਾਸ ਨੇ ਉਹ ਪੂਜਣ ਕੋਈ ਫਰਕ ਨਹੀਂ ਪਰ ਜੋ ਗੁਰਮਤ ਦਾ ਧੜ ਲੜ ਪਕੜ ਕੇ ਤੁਰਨ ਵਾਲਾ ਹੈ ਉਹਦੇ ਜੀਵਨ ਵਿੱਚ ਇਹੋ ਜਿਹਾ ਹਨੇਰ ਨਹੀਂ ਹੋਣਾ ਚਾਹੀਦਾ ਗੁਰੂ ਜੀ ਨੇ ਸਭ ਤੋਂ ਪਹਿਲਾਂ ਸਾਨੂੰ ਰੱਬ ਦੀ ਪਹਿਚਾਨ ਕਰਵਾਈ ਹੈ ਕਹਿੰਦੇ ਗਤ ਪੂਰਾ ਤਦ ਹੀ ਉਸਕਣਾ ਜੇ ਤੂੰ ਪੂਰੇ ਦੀ ਇਬਾਦਤ ਕਰੇ ਪੂਰਾ ਪ੍ਰਭ ਆਰਾਧਿਆ ਪੂਰਾ ਜੰਕਾ ਨਾਉ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਉ ਪੁੱਤ ਤੂੰ ਅਧੂੜੀਆਂ ਦੇ ਗੁਣ ਨਗਾ ਤੂੰ ਪੂਰੇ ਦੇ ਗੁਣ ਗਾ ਤੂੰ ਇੱਕ ਦਿਨ ਸੰਪੂਰਨ ਹੋ ਜਾਏਗਾ ਪੂਰਾ ਹੋ ਜਾਏਗਾ ਹੁਣ ਮਨੁੱਖ ਨੇ ਕੀ ਕੀਤਾ ਮਨੁੱਖ ਨੇ ਮੂਰਤੀਆਂ ਬਣਾ ਕੇ ਆਪਣੀਆਂ ਬਣਾਈਆਂ ਮੂਰਤੀਆਂ ਦੇ ਪੈਰਾਂ ਵਿੱਚ ਚਰਨਾ ਵਿੱਚ ਆਪ ਹੀ ਸਜਦੇ ਕਰਦਾ ਆਪੀ ਸਜਦੇ ਕਰਦੇ ਇੱਕ ਬੜਾ ਪਿਆਰਾ ਕਈ ਵਾਰੀ ਅਸੀਂ ਇੱਕ ਦਰਸ਼ਤਾਂਤ ਸੁਣਦੇ ਪੜ੍ਹਦੇ ਆਂ ਕਹਿੰਦੇ ਇੱਕ ਵਾਰੀ ਕੋਈ ਬੰਦਾ ਮੂਰਤੀ ਘੜਾ ਸੀ ਤੇ ਉਹ ਅਚਾਨਕ ਕਿਸੇ ਮੰਦਰ ਚ ਚਲਾ ਗਿਆ ਲੰਮੀ ਲੇਨ ਲੱਗੀ ਐ ਲੋਕਾਂ ਨੇ ਹੱਥਾਂ ਚ ਕਈ ਤਰ੍ਹਾਂ ਦੀਆਂ ਭੇਟਾਵਾਂ ਪਕੜੀਆਂ ਨੇ ਤਰਸਦੇ ਨੇ ਮੇਰੀ ਵਾਰੀ ਕਦੋਂ ਆਵੇ ਜਦੋਂ ਉਹ ਵਾਰੀ ਆਈ ਤੇ ਦੇਖ ਕੇ ਹੈਰਾਨ ਹੋ ਗਿਆ ਪਰ ਇਹ ਮੂਰਤੀ ਘੜਾ ਉੱਥੇ ਲੋਕਾਂ ਦੀ ਲੇਨ ਚ ਲੱਗਿਆ ਜਦੋਂ ਇਹਦੀ ਵਾਰੀ ਆਈ ਤੇ ਮੰਦਿਰ ਚ ਲੋਕ ਪੂਜਾ ਪਾਠ ਰੱਬੀ ਧਿਆਨ ਵਿੱਚ ਲੱਗੇ ਨੇ ਤੇ ਉਹ ਖੜ ਖੜਾ ਕੇ ਐਸੇ ਆ। ਲੋਕਾਂ ਦਾ ਧਿਆਨ ਚਲਾ ਗਿਆ ਪੁੱਛਦੇ ਨੇ ਕਹਿੰਦੇ ਫਕੀਰਾ ਉਹ ਭਲੇਆ ਸ਼ਿਆਣੀ ਉਮਰ ਦਾ ਲੱਗਦਾ ਹੈ ਦਾਨਾ ਲੱਗਣਾ ਤੇ ਧਾਰਮਿਕ ਸਥਾਨਾਂ ਤੇ ਤੂੰ ਇਵੇਂ ਆ ਕੇ ਕੁਤਾਹੀ ਕਰਨਾ ਕੀ ਕਰਨਾ ਤੇਰੀ ਇਵੇਂ ਦੇ ਹਾਸੇ ਪਿੱਛੇ ਕੋਈ ਨਾ ਕੋਈ ਰਮਜ਼ ਹੈ। ਉਹਨੇ ਬੜੀ ਪਿਆਰੀ ਗੱਲ ਆਖੀ ਕਹਿੰਨ ਲੱਗੇ ਰਮਜ਼ ਇਹ ਹੈ ਭਈਆ ਬੁੱਤ ਮੇਰਾ ਘੜਿਆ ਹੋਇਆ ਬੁੱਤ ਮੇਰਾ ਘੜਿਆ ਹੋਇਆ ਲੋਕ ਇਹ ਮੇਰੇ ਘੜੇ ਹੋਏ ਬੁੱਤ ਦੇ ਪੈਰਾਂ ਵਿੱਚ ਕਿਵੇਂ ਆ ਕੇ ਡਿੱਗਦੇ ਨੇ ਹੈਰਾਨੀ ਦੀ ਗੱਲ ਜਦੋਂ ਇਹ ਗੱਲ ਕਹੀ ਕੰਡ ਕੇ ਦੂਜਾ ਹਾਸਾ ਮੇਰਾ ਇਹ ਹੈ ਪਿੱਕ ਡਾ ਚੰਗਾ ਹੋਵੇ ਬੰਦਾ ਬੁੱਤ ਤਾਂ ਘੜ ਕੇ ਮੰਦਰਾਂ ਚ ਰੱਖ ਲੈਂਦਾ ਪਰ ਆਪਣੇ ਜੀਵਨ ਨੂੰ ਨਹੀਂ ਘੜਦਾ ਜਿਸ ਦਿਨ ਇਹਨੇ ਜੀਵਨ ਘੜ ਲਿਆ ਨਾ ਸੱਚ ਕਰਕੇ ਜਾਣੇ ਉਹ ਸੂ ਮੂਰਤ ਭਗਵਾਨ ਇਹਨੇ ਖੁਦ ਨਹੀਂ ਰੱਬ ਦੀ ਮੂਰਤੀ ਬਣ ਜਾਣਾ ਇਹਨੂੰ ਕਿਸੇ ਹੋਰ ਤਰ੍ਹਾਂ ਦੀ ਇਬਾਦਤ ਕਰਨ ਦੀ ਲੋੜ ਨਹੀਂ ਹੈ ਆਪਣੇ ਆਪ ਨੂੰ ਘੜ ਸੁਖ ਦੁਖ ਜੇ ਪਰਸੇ ਨਹੀਂ ਲੋਭ ਮੋਹ ਅਪਮਾਨ ਕੋ ਨਾਨਕ ਸੁਨ ਰੇ ਮਨਾ ਸੋ ਮੂਰਤ ਭਗਵਾਨ ਉਹ ਖੁਦ ਹੀ ਰੱਬ ਦੀ ਮੂਰਤੀ ਬਣ ਜਾਏਗਾ ਆਪਣੇ ਬਣਾਏ ਰੱਬ ਨਾ ਬਣਾ ਬਲਕਿ ਉਹਨੂੰ ਮੰਨ ਉਈ ਜੋ ਦਿਸੈ ਅੰਬਰ ਤਾਰੇ ਕਿਨ ਉਹ ਚੀਤੇ ਚੀਤਨ ਹਾਰੇ ਕਹੋ ਰੇ ਪੰਡਿਤ ਅੰਬਰ ਕਾਂਸ਼ਿਓ ਲਾਗਾ ਬੂਝੇ ਪੂਝਨ ਹਰ ਸੁਭਾਗਾ ਕਹਿ ਲਗੇ ਉਸ ਬਾਦੀ ਕਰਦੀ ਪਹਿਚਾਨ ਕਰ ਜਿਨੇ ਕੁਦਰਤ ਸਜੀ ਹੈ ਉਸ ਕਾਦਰ ਦੀ ਪਹਿਚਾਨ ਕਰ ਜਿਹੜਾ ਕੁਦਰਤ ਦੀ ਪੋਸ਼ਾਕ ਪਾ ਕੇ ਬੈਠਾ ਹੋਇਆ ਸਭ ਮੈਂ ਜੋਤ ਜੋਤ ਹੈ ਸੋਏ ਅਵਲ ਅਲੇ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ जग ਉਪਜਿਆ ਕੌਣ ਭਲੇ ਕੋ ਮੰਦੇ ਉਸ ਨੂਰ ਦੀ ਪਹਿਚਾਨ ਕਰ ਬੜੇ ਅਸੇ ਬਚਨ ਨੇ ਸਤਗੁਰੂ ਜੀ ਨੇ ਮੂਲ ਮੰਤਰ ਦੀ ਅੰਮ੍ਰਿਤ ਬੋਲਾਂ ਦੇ ਵਿੱਚ ਕਿੰਨੀ ਵਾਰੀ ਜ਼ਿਕਰ ਕੀਤਾ ਵੀ ਪਹਿਲਾ ਮੈਂ ਤੈਨੂੰ ਦੱਸਣਾ ਚਾਹੁੰਦਾ ਰੱਬ ਕੀ ਆ ਬੰਦਿਆ ਪਰਮੇਸ਼ਰ ਕੀ ਹੈ ਨਿਰੰਕਾਰ ਕੀ ਹੈ ਵਾਯੂ ਰੂ ਕੀ ਉਹਨੂੰ ਜਿਹੜਾ ਮਰਜ਼ੀ ਨਾਮ ਲੈਦੀ ਹੈ ਦਤਾਰ ਨੇ ਪਹਿਲੀ ਗੱਲ ਇਹ ਆਖੀ ਤੋ ਸਰਾਹੀ ਵਰਗਾਂ ਜਿਹਨੂੰ ਆਪਣੀ ਮੰਜ਼ਲ ਦਾ ਹੀ ਨਹੀਂ ਪਤਾ ਰੱਬ ਦੇ ਮਿਲਣ ਲਈ ਧਰਤੀ ਧਰਮਸ਼ਾਲਾ ਵਿੱਚ ਆਇਆ ਰੱਬ ਦੇ ਮਿਲਣ ਲਈ ਮਨੁੱਖਾ ਦੇ ਹੀ ਮਿਲੀ ਹੈ ਚੰਗਾ ਇਨਸਾਨ ਬਣਨ ਵਾਸਤੇ ਤੇ ਰੱਬ ਦੇ ਮਲਾਪ ਲਈ ਜ਼ਿੰਦਗੀ ਮਿਲੀ ਹੈ ਰੱਬ ਦੇ ਮਲਾਪ ਲਈ ਧਰਮ ਕਮਾਉਣਾ ਪਰ ਤੈਨੂੰ ਪਤਾ ਹੀ ਨਹੀਂ ਮੈਂ ਕੀ ਕਮਾਉਣਾ ਸਾਨੂੰ ਪਤਾ ਹੀ ਨਹੀਂ ਬੇਸੀ ਕੀ ਕਮਾਉਣਾ हजूर ने कृपा की कद के पहली गल तू रब की पहचान कर थापिया ना जाए किता ना होए आपे आप निरंजन सोए जिन सेविया तिन पाया मान नानक गावी है गुणी निदान जल थर महियल पूरे आ, स्वामी सरजन हार अनक भांत होए पसरिया नानक एकंकार एक उस रब की पहचान कर ਫਿਰ ਕੁਦਰਤ ਨੂੰ ਵੀ ਸੰਭਾਲੇਗਾ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਜਿਹੜਾ ਕੁਦਰਤ ਵਿੱਚ ਕਾਦਰ ਬਣ ਕੇ ਵਸਿਆ ਹੋਇਆ ਉਹਨੂੰ ਦੇਖਣ ਦੀ ਕੋਸ਼ਿਸ਼ ਕਰ ਰੱਬ ਦੇ ਪ੍ਰਤੀ ਲੋਕਾਂ ਨੇ ਗੱਲਾਂ ਕਰ ਦਿੱਤੀਆਂ ਰੱਬ ਇੱਕ ਗੁੰਝਲਦਾਰ ਭੁਜਾਰਤ ਰੱਬ ਇੱਕ ਗੋਰਖ ਧੰਦਾ ਖੋਲਣ ਲੱਗਿਆਂ ਪੇਚ ਇਸ ਦੇ ਕਾਫਰ ਹੋ ਜਾਏ ਬੰਦਾ ਕਾਫਰ ਹੋਣੋਂ ਡਰ ਕੇ ਬੀਬਾ ਖੋਜੋ ਮੂਲ ਨਾ ਖੁੱਡੀ ਲਾਈ ਲੱਗ ਮੋਮਨ ਦੇ ਨਾਲੋ ਖੋਜੀ ਕਾਫਰ ਚੰਗਾ ਖੋਜ ਕੇ ਤਾਂ ਦੇਖ ਲੱਭ ਕੇ ਤਾਂ ਦੇਖ ਰੱਬ ਗੁੰਝਲਦਾਰ ਭੁਜਾਰਤ ਨਹੀਂ ਹੈ ਫਿਰ ਦੂਜੇ ਕਿਸੇ ਵਿਦਵਾਨ ਨੇ ਜਵਾਬ ਦਿੱਤਾ ਕਹਿੰਦੇ ਨਾ ਰੱਬ ਗੁੰਝਲਦਾਰ ਭੁਜਾਰਤ ਨਾ ਰੱਬ ਗੋਰਖ ਧੰਦਾ ਕੁਦਰਤ ਦੇ ਵਿੱਚ ਕਾਦਰ ਵਸਦਾ ਸਾਰ ਨਾ ਜਾਣੇ ਬੰਦਾ ਕੁਦਰਤ ਵਿੱਚ ਹੀ ਤਾਂ ਕਾਦਰ ਵਸਦਾ ਹੈ ਹਰ ਜ਼ਰੇ ਜ਼ਰੇ ਵਿੱਚ ਜਿਸ ਤਨ ਗੁਰੂ ਦੇ ਉਪਦੇਸ਼ ਨਾਲ ਮਗਰ ਤੋਂ ਰਾਂਗੇ ਤਾਂ ਪਹਿਲੀ ਪਹਿਚਾਨ ਮਨੁੱਖ ਨੂੰ ਆਏਗੀ ਉਹਨੂੰ ਰੱਬ ਦਾ ਪਤਾ ਲੱਗੇਗਾ ਪਰਮੇਸ਼ਰ ਦਾ ਪਤਾ ਲੱਗੇਗਾ ਸੁਪਰ ਪ੍ਰੀਮ ਉਹ ਸੁਪਰੀਮ ਪਾਵਰ ਦਾ ਪਤਾ ਲੱਗੇਗਾ ਵੀ ਕੀ ਹੈ ਉਹਦੇ ਨਾਮ ਵੱਖੋ ਵੱਖਰੇ ਹੋ ਸਕਦੇ ਨੇ ਜਿਹੜਾ ਆਪ ਹੀ ਨੇ ਆਪ ਸਾਜਿਓ ਉਹ ਵਾਲਾ ਰੱਬ ਜਿਹੜਾ ਵੱਡਾ ਨਾ ਕੋਵੇ ਘਾਟ ਨਾ ਜਾਏ ਉਹ ਵਾਲਾ ਰੱਬ ਉਹ ਪਰਮੇਸ਼ਰ ਜਿਸ ਤੋਂ ਕਈ ਕੁਝ ਪਸਾਰਾ ਹੋ ਜਾਂਦਾ ਹੈ ਅਨਕ ਵਿਸਥਾਰ ਇੱਕ ਤੇ ਭਏ ਜਿੰਨਾ ਵਿਸਥਾਰ ਦੇਖਦੇ ਹੋ ਇੱਕ ਵਿੱਚ ਹੀ ਪੈਦਾ ਹੋਇਆ ਹੋਇਆ ਉਸ ਰੱਬ ਦੀ ਮਨੁੱਖ ਨੂੰ ਪਹਿਚਾਨ ਆਏਗੀ ਦੂਜੀ ਗੱਲ ਉਹਨੂੰ ਪਹਿਚਾਨ ਆਏਗੀ ਮੈਂ ਉਹਦੀ ਇਬਾਦਤ ਕਰਨੀ ਕਿਵੇਂ ਹੈ ਸਾਨੂੰ ਤਾਂ ਇਹ ਹੁੰਦਾ ਹੈ ਪਰ ਅਬ ਸਾਡੇ ਆਸਰੇ ਪੜਦਾ ਹੈ ਅਸੀਂ ਰੱਬ ਦੇ ਧਾਰਮਿਕ ਸਥਾਨਾਂ ਤੇ ਕੁਝ ਭੇਟਾ ਕਰਨੇ ਆ ਤਾਂ ਕੰਮ ਚੱਲਦਾ ਨਹੀਂ ਉਸ ਦਿਨ ਮਨੁੱਖ ਦਾ ਹੰਕਾਰ ਖਤਮ ਹੋ ਜਾਏਗਾ ਜਿਸ ਦਿਨ ਇਹਨੂੰ ਗੁਰੂ ਦੱਸੇਗਾ ਵੀ ਉਹਦੀ ਸੱਚੀ ਇਬਾਦਤ ਕੀ ਹੈ ਉਹਦੀ ਭੇਟਾ ਕੀ ਹੈ ਤਨ ਮਨ ਅਰਪੋ ਪੂਜਿ ਚਰਾਵੋ ਗੁਰ ਪ੍ਰਸਾਦਿ ਨਿਰੰਝਨ ਪਾਵੋ ਆਪਣਾ ਆਪਾ ਭੇਟਾ ਕਰਕੇ ਦੇਖ ਗੁਰੂ ਦੀ ਕਿਰਪਾ ਨਾਲ ਤੈਨੂੰ ਰੱਬ ਮਿਲੇਗਾ ਪਰਮੇਸ਼ਰ ਮਿਲੇਗਾ ਹਜ਼ੂਰ ਨੇ ਕਿਰਪਾ ਕੀਤੀ ਕਿੱਡੇ ਪਿਆਰੇ ਬੋਲ ਬਖਸ਼ਿਸ਼ ਕੀਤੇ ਨੇ ਕਹਿੰਦੇ ਉਪਦੇਸ਼ ਗੁਰੂ ਹਰ ਹਰ ਜਪ ਜਾਪੈ ਗੁਰੂ ਦੇ ਉਪਦੇਸ਼ ਮੁਤਾਬਕ ਛੁੱਟੀਆਂ ਉਦਾਹਰਨਾਂ ਫੇਰ ਦੇ ਦਿਆਂ ਆਪਾਂ ਬਹੁਤ ਵਾਰੀ ਇਹਨਾਂ ਗੱਲਾਂ ਦਾ ਜ਼ਿਕਰ ਕਾਹੇ ਬਗਾਹੇ ਕਰਦੇ ਯਾਰਾਂ ਹੁਣ ਧਰਮ ਤਾਂ ਬਾਬਾ ਲੈਣਾ ਵੀ ਕਮਾਰਿਆ ਸੀ ਪਰ ਜਿਸ ਦਿਨ ਗੁਰੂ ਉਪਦੇਸ਼ ਮਿਲਿਆ ਨਾ ਲੈਣੇ ਤੋਂ ਗੁਰੂ ਅੰਗਦ ਸਾਹਿਬ ਦਾ ਸਫ਼ਰ ਉਸ ਦਿਨ ਸ਼ੁਰੂ ਹੋਇਆ ਸੀ ਧਰਮ ਤੇ ਬਾਬਾ ਅਮਰਦਾਸ ਵੀ ਕਮਾਰਿਆ ਹੈ ਬਲਕੇ ਉਹ ਬੜਾ ਜਿਹੜਾ ਧਰਮ ਸੀ ਉਹਨੇ 20 ਸਾਲ ਕਮਾਇਆ ਜਿਹੜਾ ਗੁਰੂ ਵਾਲੇ ਉਪਦੇਸ਼ ਵਾਲਾ ਧਰਮ ਉਹ ਤਾਂ 12 ਸਾਲ ਕਮਾਇਆ ਹੁਣ ਦੋਨਾਂ ਨੂੰ ਤੋਲ ਕੇ ਦੇਖੋ 20 ਸਾਲ ਕਮਾਏ ਹੋਏ ਧਰਮ ਦੀ ਪ੍ਰਾਪਤੀ ਇਹ ਐ ਭਈ ਕੋਈ ਖੱਤੋਂ ਪਾਣੀ ਪੀਣ ਵੀ ਲਈ ਤਿਆਰ ਨਹੀਂ 12 ਸਾਲ ਦਾ ਗੁਰੂ ਦੇ ਉਪਦੇਸ਼ ਅਨੁਸਾਰ ਕਮਾਇਆ ਹੋਇਆ ਧਰਮ ਉਹ ਐ ਅੱਜ ਹਰ ਸਿੱਖ ਦੀ ਜ਼ੁਬਾਨ ਤੇ ਆ ਜਾਂਦਾ ਹੈ ਆਨੰਦ ਭਇਆ ਮੇਰੀ ਮਾਇ ਸਤਿਗੁਰੂ ਮੈਂ ਪਾਇਆ ਸਾਰੇ ਸੰਸਾਰ ਨੂੰ ਗੁਰੂ ਅਮਰਦਾਸ ਦੀ ਅਸੀਸਾਂ ਬਣਦੇ ਨੇ ਨਿਮਾਣਿਆਂ ਦੇ ਮਾਣ ਬਣ ਗਏ ਨੇਤਾਣਿਆਂ ਦੇ ਤਾਣ ਵੜ ਗਏ ਕੋੜੀਆਂ ਨੂੰ ਗੱਲ ਨਾਲ ਲਾ ਲਿਆ ਜੇਠੇ ਵਰਗਿਆਂ ਨੂੰ ਗੁਰੂ ਰਾਮਦਾਸ ਬਣਾ ਦਿੱਤਾ ਜਦੋਂ ਗੁਰੂ ਦਾ ਉਪਦੇਸ਼ ਮਿਲਿਆ ਇਵੇਂ ਕਸ਼ਮੀਰ ਦੀ ਧਰਤੀ ਤੇ ਬ੍ਰਹਮਦਾਸ ਬੈਠਾ ਪੜਹਾ ਪੜਿਆ ਲਿਖਿਆ ਵਿਦਵਾਨ ਲੋਕਾਂ ਨੂੰ ਪੜਾਉਂਦਾ ਪਰ ਜਿਸ ਦਿਨ ਗੁਰੂ ਨਾਨਕ ਸਾਹਿਬ ਮਿਲੇ ਉਹਨੇ ਉਪਦੇਸ਼ ਮੰਗਿਆ ਗੁਰੂ ਨੇ ਉਪਦੇਸ਼ ਬਖਸ਼ਿਸ਼ ਕੀਤਾ ਕਹਿਣ ਲੱਗੇ ਭਲਿਆ ਤੂੰ ਬਹੁਤ ਕੁਝ ਪੜਿਆ ਮੈਂ ਮੰਨਦਾ ਤੇਰੀ ਗੱਲ ਨੂੰ ਪੜ ਪੜ ਗੱਡੀ ਲੰਦੀ ਐ ਪੜ ਪੜ ਭਰੀ ਐ ਸਾਤ ਪੜ ਪੜ ਬੇੜੀ ਪਈ ਐ ਪੜ ਪੜ ਗੱਡੀ ਐ ਖਾਤ ਪੜੀ ਐ ਜੀਤੇ ਬਰਸ ਬਰਸ ਪੜੀ ਐ ਜੀਤੇ ਮਾਸ ਪੜੀ ਐ ਜੀਤੀ ਅਰਜਾ ਪੜੀ ਐ ਜੀਤੇ ਸਾਸ ਪਰਮ ਤੈਨੂੰ ਪੁੱਛਣਾ ਚਾਹੁੰਦਾ ਐ ਨਾਨਕ ਲਿਖੈ ਇੱਕ ਗੱਲ ਮੈਂ ਇੱਕ ਬੇਨਤੀ ਕਰਨੀ ਚਾਹੁੰਦਾ ਅੱਜ ਤੁਹਾਨੂੰ ਬਹੁਤ ਧਿਆਨ ਨਾਲ ਸੁਣਿਓ ਬਹੁਤ ਵਾਰੀ ਅਸੀਂ ਇੱਕ ਪੁਲੇਖੇ ਵਿੱਚ ਪੈ ਜਾਂਦੇ ਹਾਂ ਜਿਵੇਂ ਧਾਰਮਿਕ ਗ੍ਰੰਥਾਂ ਵਿੱਚ ਲਿਖੇ ਹੋਏ ਪਵਿੱਤਰ ਬੋਲ ਨੇ ਮੁਬਾਰਕ ਬਹੁਤ ਵਧੀਆ ਗੱਲ ਐ ਮੈਨੂੰ ਮਾੜੀ ਨਹੀਂ ਕਹਿੰਦਾ ਵਧੀਆ ਪੜਾਇਆ ਪਰ ਧਾਰਮਿਕ ਗ੍ਰੰਥਾਂ ਵਿੱਚ ਪਏ ਹੋਏ ਬੋਲ ਅਸੀਂ ਆਪਣੇ ਦਿਮਾਗ ਵਿੱਚ ਰੱਖ ਲਏ ਤੇ ਯਾਦ ਕਰ ਲਏ ਬੜੀ ਵਧੀਆ ਗੱਲ ਹੈ ਮੈਂ ਬਾਰ ਬਾਰ ਦੁਹਰਾਉਣਾ ਪਰ ਬਾਣੀ ਦੀ ਐਨੀ ਯਾਦ ਕਰ ਲਈ ਧਾਰਮਿਕ ਬੋਲ ਯਾਦ ਕਰ ਲਏ ਸਾਚੇ ਅਭੀ ਉਹਨਾਂ ਦਾ ਜੀਵਨ ਵਿੱਚ ਅਸਰ ਨਹੀਂ ਬਾਣੀਆਂ ਯਾਦ ਨੇ ਜੀਵਨ ਉਵੇਂ ਹੀ ਗੁਜ਼ਾਰਦਾ ਹੈ ਜਿਵੇਂ ਮਨਮਤ ਦੇ ਰਾਤੇ ਤੁਰਿਆ ਹੋਇਆ ਹੋਵੇ ਜਾਂਦਾ ਗੁਰਦੁਆਰੇ ਆ ਮੱਥਾ ਗੁਰੂ ਗ੍ਰੰਥ ਸਾਹਿਬ ਨੂੰ ਟੇਕਦਾ ਬਾਣੀ ਪੜਦਾ ਬਾਣੀ ਯਾਦ ਹੈ ਕੀਰਤਨ ਸੁਣਦਾ ਕੀਰਤਨ ਕਰਦੇ ਕਥਾ ਸੁਣਦੇ ਕਥਾ ਕਰਦੇ ਆਪਾਂ ਪਰ ਸੋਚ ਕੇ ਦੇਖੋ ਸਾਡੇ ਜੀਵਨ ਵਿੱਚ ਧਰਮ ਹੈ ਗੁਰੂ ਕਹਿਣ ਲੱਗੇ ਪੁੱਤ ਕੋਈ ਫਰਕ ਨਹੀਂ ਪੈਣ ਲੱਗਾ ਸਿਰਫ ਤੂੰ ਜਗਾ ਬਦਲਾ ਲੀਆ ਮਨਾ ਕੱਲ ਇਸ ਭਾਂਡੇ ਵਿੱਚ ਅੰਮ੍ਰਿਤ ਪਿਆ ਸੀ ਅੱਜ ਬਦਲਾ ਕੇ ਇਸ ਭਾਂਡੇ ਚ ਅੰਮ੍ਰਿਤ ਪਾ ਲਿਆ ਗੱਲ ਤਾਂ ਉੱਥੇ ਹੀ ਖਲੋਤੀ ਹੈ ਨਾ ਇਸ ਅੰਮ੍ਰਿਤ ਨੂੰ ਜਿਸ ਦਿਨ ਤੂੰ ਜ਼ਿੰਦਗੀ ਚ ਧਾਰਨ ਕਰੇਂਗਾ ਉਸ ਦਿਨ ਤੂੰ ਜ਼ਬਾਨੋਂ ਕਮੇਂਗਾ ਹਮਾਰੀ ਪਿਆਰੀ ਅੰਮ੍ਰਿਤ ਧਾਰੀ ਗੁਰ ਨਿਮਖ ਨ ਮੰਨਤੇ ਧਾਰੀ ਰੇ ਜਾਪ ਜਪ ਪਰ ਜਾਪ ਗੁਰੂ ਉਪਦੇਸ਼ ਅਨੁਸਾਰ ਜਾਪਾ ਫਿਰ ਗੁਰੂ ਉਪਦੇਸ਼ ਦੱਸੇਗਾ ਵੀ ਤੈਨੂੰ ਜੰਗਲਾਂ ਚ ਜਾਣ ਦੀ ਲੋੜ ਨਹੀਂ ਤੈਨੂੰ ਪੁੱਠੇ ਲਟਕਣ ਦੀ ਲੋੜ ਨਹੀਂ ਤੈਨੂੰ ਮੂੰਹ ਤੇ ਪੱਟੀਆਂ ਬੰਨਣ ਦੀ ਲੋੜ ਨਹੀਂ ਤੈਨੂੰ ਪੈਰ ਨੰਗੇ ਰੱਖਣ ਦੀ ਲੋੜ ਨਹੀਂ ਤੈਨੂੰ ਘਰ ਪਰਿਵਾਰ ਗ੍ਰਿਸ਼ਟੀ ਨੂੰ ਤਿਆਗਣ ਦੀ ਲੋੜ ਨਹੀਂ ਘਰ ਚ ਬੈਠਿਆਂ ਉਹਿਆਂ ਵੀ ਧਰਮ ਕਮਾ ਸਕਦਾ ਹੱਸਦਿਆਂ ਹੋਇਆਂ ਵੀ ਧਰਮ ਕਮਾ ਸਕਦਾ ਖਾਂਦਿਆਂ ਪਹਿਨਦਿਆਂ ਹੋਇਆਂ ਵੀ ਧਰਮ ਕਮਾ ਸਕਦਾ ਪਰ ਪੂਰੇ ਗੁਰੂ ਕੋਲੋਂ ਸਿੱਖ ਲੈ ਨਾਨਕ ਸਤਗੁਰੂ ਭੇਟੇ ਪੂਰੀ ਕੋਵੇ ਜੁਗਤ ਹੱਸੰਦਿਆਂ ਖਿਲੰਦਿਆਂ ਪਹਿਨੰਦਿਆਂ ਖਬੰਦਿਆਂ ਵਿੱਚੇ ਹੋਵੇ ਮੁਕਤ ਜੋਗ ਨ ਭਗਮੀ ਕਪੜੀ ਜੋਗ ਨਾ ਮੈਲੇ ਵੇਸ ਨਾਨਕ ਘਰ ਬੈਠਿਆਂ ਜੋਗ ਪਾਈਐ ਸਤਗੁਰ ਕੇ ਉਪਦੇਸ਼ ਘਰ ਚ ਬੈਠਿਆਂ ਹੀ ਧਰਮੀ ਬਣ ਸਕਣਾ ਗੁਰੂ ਨਾਨਕ ਸਾਹਿਬ ਨੇ ਖੇਤਾਂ ਵਿੱਚੋਂ ਧਰਮੀ ਪੈਦਾ ਕੀਤੇ ਸਨ ਖੇਤੀ ਕਰਦਿਆਂ ਗੁਰੂ ਨਾਨਕ ਸਾਹਿਬ ਨੇ ਮੋਦੀ ਖਾਨੇ ਚੋਂ ਧਰਮੀ ਪੈਦਾ ਕੀਤੇ ਸਨ ਗੁਰੂ ਨਾਨਕ ਸਾਹਿਬ ਨੇ ਉਤਨੇ ਧਰਮੀ ਗੁਰਦੁਆਰਿਆਂ ਵਿੱਚੋਂ ਪੈਦਾ ਨਹੀਂ ਕੀਤੇ ਜਿੰਨੇ ਧਰਮੀ ਲੋਕ ਆਮਕਿਰਤ ਵਿੱਚੋਂ ਪੈਦਾ ਕੀਤੇ ਨੇ ਅੱਜ ਵਿਚਾਰਨ ਦੀ ਲੋੜ ਹੈ ਗੁਰੂ ਜੀ ਦਾ ਬਚਨ ਫਿਰ ਚੇਤੇ ਵਿੱਚ ਰੱਖੀਏ ਜੇ ਹਜ਼ੂਰ ਆਖਦੇ ਨੇ ਕਹਿਣ ਲੱਗੇ ਉਪਦੇਸ਼ ਗੁਰੂ ਹਰ ਹਰ ਜਪ ਜਾਪੈ ਸਭ ਕਿਲਵਿਕ ਪਾਪ ਦੋਖ ਲੈ ਜਾਵੇ ਜਿਸ ਦਿਨ ਅਮਰਤਮਈ ਬਾਣੀ ਨੂੰ ਆਪਣੇ ਜੀਵਨ ਅੰਦਰ ਲੈ ਕੇ ਜਾਏਗਾ ਨਾ ਮਨਾ ਉਸ ਅਮਰਤ ਨੇ ਕਿਲਵਿਕ ਪਾਪ ਦੋਖ ਲੈ ਜਾਵੇ ਉਹਨੇ ਕਟਨੇ ਨੇ ਗੁਰ ਕਾ ਸ਼ਬਦ ਕਾਟੇ ਕੋਟ ਕਰਮ ਜਿਸ ਦਿਨ ਉਹ ਸ਼ਬਦ ਜੀਵਨ ਵਿੱਚ ਆ ਗਿਆ ਦਿਮਾਗ ਵਿੱਚ ਨਹੀਂ ਮੈਨੂੰ ਮਾਫ਼ ਕਰਿਓ ਜਿਸ ਦਿਨ ਉਹ ਸ਼ਬਦ ਸਾਡੀ ਕਮਾਈ ਵਿੱਚ ਆ ਗਿਆ ਫਿਰ ਸਾਡੇ ਦੁੱਖ ਪਾਪ ਲੈ ਜਾਵੇਂ ਬਣ ਜਾਣਾ ਦੇਖੋ ਤਾਂ ਸਹੀ ਕਦੇ ਗੁਰੂ ਦਾ ਬਚਨ ਕੱਚੋ ਕੰਚਨ ਭਇਓ ਸ਼ਬਦ ਗੁਰ ਸਰਬ ਨੇ ਸੁਣਿਓ ਵਿਕਤੇ ਅੰਮ੍ਰਿਤ ਹੋਇਓ ਨਾਮ ਸਤਗੁਰ ਮੁਖ ਭਣਿਓ ਲੋਹ ਹੋਇਓ ਲਾ ਨਦਰ ਸਤਗੁਰ ਜਤਾਰੈ ਪਾਹਣ ਮਾਨ ਕਰੇ ਗਿਆਨ ਗੁਰ ਕਹਿਓ ਵਿਚਾਰੈ ਕਾਠੋ ਸ਼੍ਰੀ ਕੰਡ ਸਤਗੁਰ ਕੀਏ ਦੁੱਖ ਦਰਿਦ੍ਰਤਨ ਕੇ ਗਏ ਹਰ ਗੁਰ ਚਰਨ ਜਿਨ ਪਰਸਿਆ ਸੇ ਪਾਸ਼ ਪ੍ਰੇਤ ਸੁਰ ਨਰ ਪੈ ਕਹਿੰਦੇ ਕਿ ਜ਼ਿੰਦਗੀਆਂ ਬਦਲ ਜਾਂਦੀਆਂ ਨੇ ਉਹਨਾਂ ਲੋਕਾਂ ਦੀਆਂ ਜਿਨ੍ਹਾਂ ਦੇ ਜੀਵਨ ਵਿੱਚ ਗੁਰੂ ਉਪਦੇਸ਼ ਆ ਜਾਂਦਾ ਹੈ ਉਪਦੇਸ਼ ਦੱਸੇਗਾ ਤੇਰੀ ਜ਼ਿੰਦਗੀ ਦਾ ਕੀ ਨਿਸ਼ਾਨਾ ਹੈ ਅੰਮ੍ਰਿਤ ਵਚਨ ਫਿਰ ਚੇਤੇ ਰੱਖੋ ਜੇ ਸਤਗੁਰ ਵਿਟੋ ਵਾਰਿਆ ਜਿਤ ਮਿਲੇ ਖਸਮ ਸੰਭਾਲਿਆ ਜਿਨ ਕਰ ਉਪਦੇਸ਼ ਗਿਆਨ ਅੰਜਨ ਦਿਆ ਇਹਨੀ ਨੇਤਰੀ ਜਗਤ ਨਿਹਾਲਿਆ ਖਸਮ ਛੋੜ ਦੂਜੇ ਲੱਗੇ ਡੁੱਬੇ ਸੇ ਬਣ ਜਾ ਰਿਹਾ ਸਤਿਗੁਰੂ ਹੈ ਬੋਹਿਤਾ ਬਿਰਲੇ ਕਿਨੇ ਵਿਚਾਰਿਆ ਕਰ ਕਿਰਪਾ ਪਾਰ ਉਤਾਰਿਆ ਜਿਸ ਦਿਨ ਮੈਂ ਗੁਰੂ ਕੋਲ ਗਿਆ ਗੁਰੂ ਨੇ ਗਿਆਨ ਦਾ ਅੰਜਨ ਮੇਰੀਆਂ ਅੱਖਾਂ ਵਿੱਚ ਪਾਇਆ ਆਪਣੇ ਉਪਦੇਸ਼ ਦੀ ਦਾਤ ਬਖਸ਼ੀ ਮੈਨੂੰ ਜੀਵਨ ਦੀ ਉਸਤਨ ਸੋਝੀ ਆਈ ਇਨੀ ਨੇਤਰੀ ਜਗਤ ਨਿਹਾਲਿਆ ਮੈਂ ਇਨ ਅੱਖਾਂ ਨਾਲ ਜਦੋਂ ਦੁਨੀਆ ਨੂੰ ਦੇਖਿਆ ਤੇ ਮੈਨੂੰ ਸੰਸਾਰ ਦਾ ਰੂਪ ਹੀ ਬਦਲਿਆ ਨਜ਼ਰ ਆਇਆ ਸੱਚ ਕਰਕੇ ਜਾਣਿਓ ਕਈ ਵਾਰੀ ਬੇਨਤੀ ਕਰਨਾ ਹੈ ਦੁਨੀਆ ਦਾ ਕਿੱਡਾ ਜਾਗਿਆ ਮਨੁੱਖ ਕਿੱਡਾ ਸचेत ਬੰਦਾ ਸੁਖਰਾਤਾ ਲੱਗਦਾ ਨਹੀਂ ਦੁਨੀਆ ਦੀ ਕਿਸੇ ਮਹਾਨ ਲਾਇਬ੍ਰੇਰੀ ਵਿੱਚ ਵੱਡੀ ਲਾਇਬ੍ਰੇਰੀ ਵਿੱਚ ਸੁਖਰਾਲ ਦੀ ਕਿਤਾਬ ਨਾ ਹੋਵੇ ਲੱਗਦਾ ਨਹੀਂ ਹੈ ਕਿ ਕਿਸੇ ਮਹਾਨ ਬੰਦੇ ਨੇ ਸ਼ੁਕਰਾਤ ਦੇ ਜੀਵਨ ਬਾਰੇ ਨਾ ਪੜਿਆ ਹੋਵੇ ਤੇ ਪਰ ਉਹਦੀ ਦੱਸੀ ਹੋਈ ਗੱਲ ਹਨਾਨੀ ਦੀ ਗੱਲ ਹੈ ਅੱਜ ਵੀ ਅਸੀਂ ਜੀਵਨ ਦੇ ਹਨੇਰੇ ਦੇ ਢੋ ਟੋੜ ਰਹੇ ਹਾਂ ਹਨੇਰੇ ਵਿੱਚ ਭਟਕ ਰਹੇ ਉਹਨੇ ਕਿੱਡੀ ਪੈਰੀ ਗੱਲ ਦੱਸੀ ਸੀ ਸ਼ੁਕਰਾਤ ਦਾ ਖੁਦ ਦਾ ਪਿਤਾ ਮੂਰਤੀਆਂ ਬਣਾਉਂਦਾ ਸ਼ੁਕਰਾਤ ਵੱਡਾ ਹੋਇਆ ਉਨ ਨੂੰ ਲੱਗਿਆ ਵੀ ਇਹ ਸਾਰਾ ਕੁਝ ਅਸੀਂ اڈੰਬਰ ਕਰਿਆ ਹੋਇਆ ਹੈ ਹਕੀਕਤ ਨਹੀਂ ਉਹਦਾ ਪਿਓ ਜਿੱਥੇ ਆਸੇ-ਪਾਸੇ ਮੇਲੇ ਲੱਗਦੇ ਨੇ ਗੱਡੇ ਭਰ ਕੇ ਮੂਰਤੀਆਂ ਦੇ ਮੇਲੇਾਂ ਤੇ ਲੈ ਜਾਂਦਾ ਤੇ ਉੱਥੇ ਲਿਜਾ ਕੇ ਤਰ੍ਹਾਂ-ਤਰ੍ਹਾਂ ਦੇ ਮੇਲੇ ਵਿੱਚ ਲੋਕ ਆਉਂਦੇ ਨੇ ਖਰੀਦ ਲੈ ਜਾਂਦੇ ਨੇ ਇੱਕ ਵਾਰੀ ਮੇਲੇ ਤੇ ਗਿਆ ਵਾਪਸ ਆ ਕੇ ਦੇਖਿਆ ਜਿਹੜੇ ਸੁਕਰਾਤ ਦੇ ਪਿਓ ਨੇ ਬੁੱਤ ਬਣਾ ਕੇ ਘਰੇ ਛੱਡ ਕੇ ਗਿਆ ਸੀ ਸਾਰੇ ਤਾਂ ਨਹੀਂ ਸੀ ਲਿਜਾ ਸਕਦਾ ਆਕੇ ਦੇਖਾ ਸਾਰੇ ਬੁੱਤ ਟੁੱਟੇ ਪਏ ਨੇ ਉਹ ਬੜਾ ਕੜਪਿਆ ਸੁਕਰਾਤ ਨੂੰ ਗੁੱਸੇ ਨਾਲ ਪੁੱਛਣ ਲੱਗਾ ਤੂੰ ਅੱਜ ਕਿੱਥੇ ਗਿਆ ਸੀ ਕਹਿਣ ਲੱਗਾ ਮੈਂ ਤਾਂ ਇੱਥੇ ਹੀ ਸੀ ਕਹਿਣ ਲੱਗਾ ਮੂਰਤੀਆਂ ਕੋਈ ਤੋੜ ਗਿਆ ਜੇ ਤੂੰ ਇੱਥੇ ਸੀ ਮੂਰਤੀਆਂ ਕਿਵੇਂ ਟੁੱਟੀਆਂ ਉਹ ਕਹਿਣ ਲੱਗੇ ਕੋਈ ਬਾਹਰੋਂ ਨਹੀਂ ਆਇਆ ਬਾਹਰੋਂ ਆਇਆ ਹੁੰਦਾ ਤੇ ਮੈਂ ਰੋਕ ਦਿੰਦਾ ਕਮਾਲ ਹੈ ਫਿਰ ਮੂਰਤੀਆਂ ਕਿਵੇਂ ਟੁੱਟੀਆਂ ਕਹਿਣ ਲੱਗੇ ਮੈਂ ਬੜਾ ਸਮਝਾਇਆ ਇਹਨਾਂ ਨੂੰ ਪਰ ਕਿਸੇ ਨੇ ਮੰਨੀ ਨਹੀਂ ਵੱਡੀਆਂ ਮੂਰਤੀਆਂ ਨੇ ਅੱਜ ਛੋਟੀਆਂ ਤੇ ਹਮਲਾ ਕਰ ਦਿੱਤਾ ਕਿਸੇ ਦਾ ਨੱਕ ਤੋੜਤਾ ਕਿਸੇ ਦੀਆਂ ਬਾਹਾਂ ਤੋੜਦੀਆਂ ਫਿਰ ਛੋਟੀਆਂ ਵੀ ਇਕੱਠੀਆਂ ਹੋ ਕੇ ਵੱਡੀਆਂ ਨੂੰ ਤੋੜਨ ਲੱਗ ਪਈਆਂ ਸ਼ੁਕਰਾਦਾ ਪਿਓ ਕਹਿਣ ਲੱਗਿਆ ਤੂੰ ਦਿਮਾਗੀ ਤੋੜਦੇ ਠੀਕ ਹੈ ਕਹਿਣ ਲੱਗੇ ਕਿਉਂ ਕਹਿਣ ਲੱਗੇ ਕਦੇ ਮੂਰਤੀ ਵੀ ਇੱਕ ਦੂਜੇ ਨੂੰ ਤੋੜ ਤੇ ਦੀ ਤਾਂ ਹਿੱਲ ਨਹੀਂ ਸਕਦੀਆਂ ਕਹਿਣ ਲੱਗੇ ਮੈਂ ਉਹੀ ਗੱਲ ਕਹਿਣੀ ਚਾਹੁੰਦਾ ਹੈ ਜਿਹੜੀ ਮੂਰਤੀ ਰਤੀ ਮਾਤਰ ਖੇਲ ਵੀ ਨਹੀਂ ਸਕਦੀ ਉਹ ਤੈਨੂੰ ਰੱਬ ਕਿਵੇਂ ਮਿਲਾਏਗੀ ਉਹ ਤੈਨੂੰ ਪਰਮੇਸ਼ਰ ਕਿਵੇਂ ਮਿਲਾ ਦੇਗੀ ਉਸ ਤਨ ਨੂੰ ਪਤਾ ਲੱਗਿਆ ਕਿ ਕੇਵਲ ਅਸੀਂ ਧਰਮ ਦਾ ਨਹੀਂ ਧਰਮ ਰੱਖੀ ਬੈਠੇ ਹੋਏ ਆ ਗੁਰੂ ਜੀ ਨੇ ਕਿਰਪਾ ਕੀਤੀ ਕਹਿਣ ਲੱਗੇ ਪੁੱਤ ਮੈਂ ਤੈਨੂੰ ਦੱਸਦਾ ਹਾਂ ਉਪਦੇਸ਼ ਅਨੁਸਾਰ ਕਿਵੇਂ ਜਪਣਾ ਹੈ ਮੈਂ ਬੇਨਤੀ ਕੀਤੀ ਸੀ ਵੀ ਕੁਝ ਗੱਲਾਂ ਦਾ ਰਹੱਸ ਗੁਰੂ ਕੋਲ ਹੀ ਮਿਲ ਸਕਦਾ ਹੈ ਇਹਨੂੰ ਵੀ ਹੁਣ ਵਿਚਾਰਿਓ ਗੱਲ ਇਹ ਵੀ ਸਤਿਗੁਰੂ ਜੀ ਜਿਵੇਂ ਤੁਸੀਂ ਕਹਿੰਦੇ ਹੋ ਓਮੇ ਮੇਰੀ ਕੋਲੋਂ ਜਪਿਆ ਨਹੀਂ ਜਾਂਦਾ ਜਿਵੇਂ ਮੈਂ ਜਪਦਾ ਏ ਓਮੇ ਤੁਹਾਨੂੰ ਪ੍ਰਵਾਨ ਨਹੀਂ ਹੁੰਦਾ ਮੁਸ਼ਕਲ ਏ ਬਣੀ ਪਈ ਐ ਮੈਂ ਸਿਰਫ ਕਹਿਣਾ ਉਪਰੋਂ ਉਪਰੋਂ ਹਰ ਅਰਾਧਨਾ ਜਾਣਾਰੇ ਹਰ ਹਰ ਗੁਰ ਗੁਰ ਕਰਤਾ ਰਹੇ ਕਦੇ ਇਹਦੇ ਅਰਥ ਪੜ੍ਹੋ ਇਹਨਾਂ ਪੰਕਤੀਆਂ ਦੇ ਮੈਂ ਤੇ ਰੱਬੀ ਇਬਾਦਤ ਕਰਨੀ ਜਾਣ ਹੀ ਨਹੀਂ ਸਕਿਆ ਜਦ ਮੈਨੂੰ ਪਤਾ ਲੱਗਿਆ ਸਿਰ ਤੇ ਜ਼ਬਾਨੋਂ ਹਰ ਹਰ ਗੁਰਗੁਰ ਕਰਤਾ ਰੇ ਮੈਂ ਤਾਂ ਜ਼ਬਾਨੋਂ ਹੀ ਕਹਿੰਦਾ ਰਹਾ ਉਵੇਂ ਤੈਨੂੰ ਕਬੂਲ ਨਹੀਂ ਹੁੰਦਾ ਉਵੇਂ ਰੱਬ ਨੂੰ ਕਬੂਲ ਨਹੀਂ ਹੁੰਦਾ ਰੱਬ ਨੂੰ ਕਿਵੇਂ ਕਬੂਲ ਹੁੰਦਾ ਭਾਈ ਦੇ ਰਾਮ ਕਹੋ ਚਿੱਤ ਲਾਏ ਹਰ ਜਸ ਵੱਖਰ ਲੈ ਚੱਲੋ ਸ਼ੌ ਦੇਖੇ ਪਤੀ ਆਏ ਕੋਈ ਗਾਵੈ ਰਾਗੀ ਨਾਦੀ ਵੇਦੀ ਬੋ ਭਾਂਤ ਕਰ ਨਹੀਂ ਹਰ ਹਰ ਭੀਜੇ RAM ਰਾਜੇ ਜਿਨ੍ਹਾਂ ਅੰਤਰ ਕਪਟ ਵਿਕਾਰ ਗੈ ਤੇ ਨਾ ਰੋਏ ਕਿਆ ਕੀਜੇ ਉਹ ਮੈ ਤੁਹਾਨੂੰ ਪਰਮਾਨ ਨਹੀਂ ਹੁੰਦਾ ਭਾਈ ਗੁਰੂ ਜੀ ਜਿਵੇਂ ਮੈਂ ਕਹਿਣਾ ਜਿਵੇਂ ਤੁਸੀਂ ਕਹਿੰਦੇ ਹੋ ਏ ਮਨ ਹਰ ਜੀ ਧਿਆਈ ਤੋਂ ਇੱਕ ਮਨ ਇੱਕ ਚਿਤ ਭਾਏ ਹਰ ਕੀ ਸਦਾ ਸਦਾ ਵਡਿਆਈਆਂ ਦੇ ਨ ਪਛੋਤਾਏ ਉਹ ਮੇਰੇ ਕੋਲੋਂ ਨਹੀਂ ਕਹਿ ਹੁੰਦਾ ਮੈਂ ਮਨ ਚੇਤ ਲਾ ਕੇ ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਇਕਾਗਰ ਚੀਤ ਮੈਂ ਇਕਾਗਰ ਚੀਤ ਨਾਲ ਕਰ ਹੀ ਨਹੀਂ ਪਾਉਂਦਾ ਫਿਰ ਗੁਰੂ ਉਪਦੇਸ਼ ਦੀ ਲੋੜ ਆ ਮਨਾ ਗੁਰੂ ਦਾ ਉਪਦੇਸ਼ ਹੀ ਹੈ ਜਿਹੜਾ ਤੇਰੇ ਮਨ ਨੂੰ ਟਿਕਾ ਸਕਦਾ ਮਨਾ ਗੁਰੂ ਦਾ ਉਪਦੇਸ਼ ਹੀ ਹੈ ਜਿਹੜਾ ਸਾਡੇ ਮਨ ਨੂੰ ਟਿਕਾ ਸਕਦਾ ਅੰਮ੍ਰਿਤ ਬੋਲ ਹੈ ਦੈਨਦਿਸ਼ ਖੋਜਤ ਮੈਂ ਫਿਰਿਓ ਜਤ ਦੇਖੋ ਤਤ ਸੋਏ ਮਨ ਵਸ ਆਵੇ ਨਾਨਕਾ ਜੇ ਪੂਰਨ ਕਿਰਪਾ ਹੋਏ ਜਦੋਂ ਮਾਲਕ ਦੀ ਕਿਰਪਾ ਹੋ ਗਈ ਮਨ ਵਸ ਵਿੱਚ ਆ ਗਿਆ ਉਹੀ ਅੰਮ੍ਰਿਤ ਬੋਲ ਨੇ ਜਿਨ੍ਹਾਂ ਵਿੱਚੋਂ ਹੁਣ ਮਨ ਅੰਮ੍ਰਿਤ ਪੀਣ ਲੱਗ ਪਿਆ ਚਿਮਟਿਮ ਵਰਸੈ ਅੰਮ੍ਰਿਤ ਧਾਰਾ ਮਨ ਪੀਵੇ ਸੁਣ ਸ਼ਬਦ ਵਿਚਾਰਾ ਹੁਣ ਆਤਮਿਕ ਆਨੰਦ ਮਾਣਨ ਲੱਗ ਪਿਆ ਤੋ ਪਹਿਲੀ ਗੱਲ ਗੁਰੂ ਤੋਂ ਬਿਨਾ ਤੈਨੂੰ ਰੱਬ ਦੇ ਸਾਨੂੰ ਰੱਬ ਦੇ ਹੀ ਨਹੀਂ ਪਤਾ ਲੱਗਣਾ ਮਨਾ ਗੁਰੂ ਤੋਂ ਬਿਨਾ ਮੈਨੂੰ ਇਹੋ ਹੀ ਨਹੀਂ ਪਤਾ ਲੱਗਣਾ ਵੀ ਮੈਂ ਚਾਹ ਪ ਜਪਣਾ ਕਿਵੇਂ ਮੈਂ ਤੇ ਚਿੱਤ ਲਾ ਕੇ ਕਾਰੀ ਨਹੀਂ ਪਾਉਂਦਾ ਗੁਰੂ ਤੋਂ ਬਿਨਾ ਮੇਰਾ ਮਨ ਵਾਸ ਵਿੱਚ ਨਹੀਂ ਆਉਣਾ ਗੁਰੂ ਤੋਂ ਬਿਨਾ ਤਾਂ ਮੈਂ ਕੁਦਰਤ ਨੂੰ ਪੂਜਦਾ ਕਰਤੇ ਨਾਲ ਤਾਂ ਸਾਂਝੀ ਨਹੀਂ ਪਾ ਸਕਿਆ ਮੈਨੂੰ ਉਹ ਗਿਆਨ ਹੀ ਨਹੀਂ ਮਿਲ ਸਕਿਆ ਗੁਰੂ ਤੋਂ ਬਿਨਾ ਮੇਰੇ ਅੰਦਰੂਨੀ ਜੀਵਨ ਨੂੰ ਬਦਲਿਆ ਨਹੀਂ ਜਾਣਾ ਗੁਰੂ ਤੋਂ ਬਿਨਾ ਤਾਂ ਬਾਣੀ ਇੱਥੇ ਪਈ ਐ ਤੇ ਮੈਂ ਬਾਣੀ ਆਪਣੇ ਦਿਮਾਗ 'ਚ ਰੱਖ ਲਈ ਪਰ ਜੀਵਨ ਦੇ ਕਰਮ ਤਾਂ ਉਹੀ ਨੇ ਨਾ ਮੇਰੇ ਜੀਵਨ ਤੇ ਨਹੀਂ ਨਵਾਂ ਬਦਲਿਆ ਜਿਸ ਤਨ ਗੁਰੂ ਦੀ ਮਿਹਰ ਹੋਈ ਉਸ ਤਨ ਫਰਕ ਪੈਣਾ ਪਿਆਰ ਵਾਲਿਓ ਸਾਨੂੰ ਉਸਤਨ ਫਰਕ ਪੈਣਾ ਹੈ ਅਗਲੀ ਗੱਲ ਖੁਰਕਾਨੀ ਚਾਹੁੰਨੇ ਵਾਹਿਗੁਰੂ ਜੀ ਮੇਰੀ ਮਜਬੂਰੀ ਹੈ ਮੈਂ ਧਰਮ ਦਾ ਕੋਈ ਵੀ ਕਰਮ ਕਰਦਾ ਹਾਂ ਕਰਦਾ ਤੇ ਲਾਲਸਾ ਲੈ ਕੇ ਹੈ ਕਿ ਮੇਰੇ ਅੰਦਰ ਰੱਬੀ ਪਿਆਰ ਪੈਦਾ ਹੋ ਜਾਏ ਪਰ ਵੱਡੀ ਮੁਸ਼ਕਲ ਇਹ ਹੈ ਧਰਮ ਦੇ ਕਰਮ ਕਰਕੇ ਪਿਆਰ ਕਰਨ ਦੀ ਬਜਾਏ ਮੈਂ ਅੰਦਰ ਹੰਕਾਰ ਨੂੰ ਰੱਖੀ ਬੈਠਾ ਹੈ ਮੇਰਾ ਹੰਕਾਰ ਹੋਰ ਵੀ ਪੱਕਾ ਹੋ ਜਾਂਦਾ ਹੈ ਗੁਰੂ ਜੀ ਨੇ ਜਦੋਂ ਬਹੁਤੇ ਹੰਕਾਰੀਆਂ ਦੀ ਗੱਲ ਕੀਤੀ ਹੈ ਨਾ ਤੇ ਮੈਨੂੰ ਮaaf ਕਰਿਓ ਉਦੋਂ ਧਾਰਮਿਕ ਲੋਕਾਂ ਦੀ ਬਹੁਤੀ ਗੱਲ ਕੀਤੀ ਹੈ ਸ਼ਬਦ ਤਾਂ ਉਹਨੂੰ ਯਾਦ ਨੇ ਹਰ ਯੁਗ-ਯੁਗ ਭਗਤੋਂ ਪਾਇਆ ਪੈਜ ਰਖਦਾ ਆਇਆ RAM ਰਾਜੇ ਹਰਨਾਕਸ਼ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਰਾਇਆ ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦੇਓ ਮੁਖ ਲਾਇਆ ਇਹ ਅਹੰਕਾਰੀ ਨਿੰਦਕ ਕੌਣ ਸਨ ਇਹ ਸਾਰੇ ਧਾਰਮਿਕ ਸਥਾਨ ਮੰਦਿਰ ਚ ਬੈਠੇ ਸਨ ਜਿਨ੍ਹਾਂ ਨੇ ਭਗਤ ਨਾਮਦੇਵ ਜੀ ਦੇ ਨਾਲ ਕੁਤਾਹੀ ਕੀਤੀ ਸੀ ਸਾਰੇ ਧਾਰਮਿਕ ਬੰਦੇ ਨੇ ਤੀਰਤ ਵਰਤ ਅਰਦਾਨ ਕਰ ਮਨ ਮੈਂ ਤਰੇ ਗੁਮਾਨ ਨਾਨਕ ਨੇ ਫਰ ਜਾਤ ਤੇ ਜਿਉ ਕੁੰਚਰ ਇਸ਼ਨਾਨ ਧਰਮ ਕਮਾਉਂਦਿਆਂ ਪਿਆਰ ਬਣਨ ਦੀ ਬਜਾਏ ਹੰਕਾਰ ਬਣ ਗਿਆ ਅਨਕ ਤਪਸਿਆ ਕਰੇ ਅਹੰਕਾਰ ਨਰਕ ਸੁਰਗ ਫਿਰ ਫਿਰ ਅਵਤਾਰ ਜੀਵਨ ਦੀ ਭਟਕਣਾ ਤਾਂ ਬਣੀ ਰਹੇਗੀ ਨਾ ਗੁਰੂ ਤੋਂ ਬਿਨਾ ਨਹੀਂ ਪਤਾ ਲਗਣਾ ਮਨਾ ਗੁਰੂ ਤੋਂ ਬਿਨਾ ਨਹੀਂ ਪਤਾ ਲਗਣਾ ਸਾਧੋ ਮਨ ਕਾਮਾਨ ਤੇ ਅਗੋ ਕਾਮ ਕ੍ਰੋਧ ਸੰਗਤ ਦੁਰਜਨ ਕੀ ਤਾਂ ਤੇ ਐਨਸ ਭਾਗੋ ਸਾਧਾ ਨੂੰ ਕਹਿਣਾ ਪਵੇ ਧਾਰਮਿਕ ਬੰਦਿਆ ਨੂੰ ਕਹਿਣਾ ਪਵੇ ਵੀ ਹੰਕਾਰ ਦੇ ਅਗੋ ਤੋਂ ਸਤਿਗੁਰੂ ਨੇ ਅੱਜ ਬੜੀ ਵੱਡੀ ਕਿਰਪਾ ਕੀਤੀ ਬਹੁਤ ਰਹਿਮਤ ਕੀਤੀ ਸਾਡੇ ਤੇ ਉਪਦੇਸ਼ ਗੁਰੂ ਹਰ ਹਰ ਜਪ ਜਾਪੈ ਸਭ ਕਿਲ ਵੀ ਕ ਪਾਪ ਦੁੱਖ ਲੈ ਜਾਵੇ ਜਦੋਂ ਗੁਰੂ ਦੇ ਦੱਸੇ ਅਨੁਸਾਰ ਨਾਮ ਜਪਾਂਗੇ ਸਾਨੂੰ ਪਤਾ ਹੋਵੇਗਾ ਰੱਬ ਕੀ ਹੈ ਸਾਨੂੰ ਪਤਾ ਹੋਵੇਗਾ ਨਾਮ ਕੀ ਹੈ ਸਾਨੂੰ ਪਤਾ ਹੋਵੇਗਾ ਨਾਮ ਜਪਣਾ ਕਿਵੇਂ ਹੈ ਕੀ ਨੂੰ ਜਪਣਾ ਕਹਿੰਦੇ ਨੇ ਐਵੇਂ ਨਹੀਂ ਜਿਵੇਂ ਅਜੋਕੇ ਸਮੇਂ ਦੇ ਵਿੱਚ ਸਮਾਧੀਆਂ ਲਾਉਣ ਦਾ ਨਾਮ ਜਪਣਾ ਰੱਖ ਲਿਆ ਗੁਰੂ ਜੀ ਨੇ ਸਾਨੂੰ ਆਪਣੇ ਜੀਵਨ ਵਿੱਚ ਦਿਖਾਇਆ ਨਾਮ ਕਿਵੇਂ ਜਪਣਾ ਹੈ ਮੈਨੂੰ ਗੁਰੂ ਉਪਦੇਸ਼ ਵਿੱਚੋਂ ਪਤਾ ਲੱਗਣਾ ਮੇਰੇ ਕਿਲਵਿਕ ਪਾਪ ਦੋਖ ਲੈ ਜਾਣੇ ਨੇ ਕਿਉਂਕਿ ਜਦੋਂ ਅੰਦਰ ਉਹ ਹੰਕਾਰ ਹੀ ਖਤਮ ਹੋ ਗਿਆ ਉਹੀ ਤਾਂ ਮੈਨੂੰ ਕੁਰਾਹੇ ਪਾਉਂਦਾ ਸੀ ਜਦੋਂ ਗੁਰੂ ਉਪਦੇਸ਼ ਅਨੁਸਾਰ ਮੈਂ ਜਪਿਆ ਜੈਸਾ ਸਤਗੁਰ ਸੁਣੀਦਾ ਤੈਸੋ ਕੀ ਮੈਂ ਢੀਠ ਵਿਛੜਿਆ ਮੇਲੇ ਪ੍ਰਭ ਹਰ ਦਰਗੇ ਕਾ ਵਸੀਟ ਹਰ ਨਾਮੋ ਮੰਤਰ ਦਰਾਈਂਦਾ ਦੋ ਗੱਲਾਂ ਬਰਾਬਰ ਕਰਦੇ ਗੁਰੂ ਹਰ ਨਾਮੋ ਮੰਤਰ ਦਰਾਈਂਦਾ ਕਟੇ ਹੁ ਮੈ ਰੋਗ ਨਾਨਕ ਸਤਗੁਰ ਤਿਨਾ ਮਿਲਾਇਆ ਜਿਨ ਧੁਰੇ ਪਿਆ ਸੰਜੋਗ ਜਿਸ ਤਨ ਪਿਆਰਿਓ ਅਸੀਂ ਗੁਰੂ ਦੇ ਅਨੁਸਾਰ ਹੀ ਉਹ ਕੇ ਜਪਣ ਲੱਗ ਪੈਣਾ ਪਰਮਦੇਵ ਪਰਦੇ ਲੱਥ ਜਾਣੇ ਨਹੀਂ ਪਤਾ ਲੱਗ ਜਾਣਾ ਕਿ ਕਿਵੇਂ ਜਪਣਾ ਹੈ ਅਗਲੀ ਗੱਲ ਕਰਨੀ ਚਾਹੁੰਨਾ ਬੜੀ ਪਿਆਰੀ ਗੁਰੂ ਸਾਹਿਬ ਨੇ ਕੈਸੀ ਕਮਾਲ ਕੀਤੀ ਕਹਿਣ ਲੱਗੇ ਜੇ ਛੱਡ ਦੇਣਾ అలਾਰਮਾਂ ਦਾ ਖੇੜਾ ਪੁੱਛ ਕਦੇ ਚਿੜੀ ਨੂੰ ਤੋਂ ਵੀ అలਾਰਮ ਲਾ ਕੇ ਉੱਠੀ ਉਹ ਕਹਿੰਦੀ ਨਹੀਂ ਮੈਨੂੰ అలਾਰਮ ਦਾ ਨਹੀਂ ਮੈਨੂੰ ਪ੍ਰਭਾਤ ਦਾ ਅਹਿਸਾਸ ਹੈ ਪ੍ਰਭਾਤ ਹੁੰਦੀ ਤੇ ਮੈਂ ਉੱਠ ਚੰਨੀ ਦੀ ਚੋਕੀ ਪਾ ਫੁਟੀ ਵੱਗਣ ਬਹੁਤ ਰੰਗ ਜ਼ਿੰਦਗੀ ਲੰਘ ਚੱਲੀ ਮਨਾ ਕਦੇ ਰੱਬ ਦੀ ਪਿਆਰ ਲਈ ਵੀ ਉੱਠਿਆ ਕਦੇ ਉਹਦੇ ਸੁਨੇ ਲਈ ਵੀ ਉੱਠਿਆ ਕਿੰਨੀਆਂ ਅਰਦਾਸਾਂ ਕਿੰਨੇ ਬੋਲ ਬੋਲਦੇ ਕਿਤੇ ਬਬੀਹੇ ਕੋਲੋਂ ਬੋਲਣਾ ਸਿੱਖ ਲੈ ਨਿਤ ਦਿਹਾਰੇ ਉਲਮੇ ਹੀ ਦੇਈ ਜਾਣਾ ਐ ਦੇਖ ਦੋ ਬਾਪ ਨੇ ਦੋ ਬਾਪ ਪਿਓ ਦਾ ਜ਼ਿਕਰ ਹੁੰਦਾ ਦੋ ਵਾਰੀ ਦੋਨਾਂ ਦੇ ਪਿਓ ਛੋਟੀਆਂ ਛੋਟੀਆਂ ਉਮਰਾਂ ਦੇ ਆਪਣੇ ਹੀ ਪੁੱਤਰਾਂ ਤੇ ਕਹਿਰ ਡਾਉਣ ਲੱਗੇ ਹੋਏ ਨੇ ਹੁਣ ਜੀ ਦਾ ਪਿਓ ਹੀ ਦੁਸ਼ਮਣ ਬਣ ਜਾਏ ਦੋਵੇਂ ਰਾਜੇ ਨੇ ਦੋਨੇ ਆਪਣੀ ਔਲਾਦ ਦੇ ਖੂਨ ਦੇ ਪਿਆਸੇ ਬਣ ਗਏ ਪਰ ਦੋਨੇ ਬੱਚਿਆਂ ਨੇ ਸੰਸਾਰੀ ਆਸਰੇ ਛੱਡ ਕੇ ਪਿਓ ਵਾਲੀ ਤਾਕਤ ਨੂੰ ਭੁੱਲ ਕੇ ਫੌਜਾਂ ਦੀ ਤਾਕਤ ਨੂੰ ਭੁੱਲ ਕੇ ਰੱਬੀ ਸਦਕ ਤੇ ਭਰੋਸਾ ਸਾਨੂੰ ਸੁੱਖ ਵੇਲੇ ਵੀ ਰੱਬ ਚੇਤੇ ਨਹੀਂ ਆਉਂਦਾ ਉਹ ਦੁੱਖ ਵੇਲੇ ਵੀ ਸਾਹਮਣੇ ਮੌਤ ਹੈ ਪਰ ਫਿਰ ਵੀ ਦੁਬਾਰੇ ਦੋਨੇ ਪੁੱਤਰ ਆਪਣੇ ਆਪਣੇ ਪਿਓ ਦੇ ਸਾਹਮਣੇ ਰੱਬੀ ਆਸਰੇ ਤੇ ਡਟ ਕੇ ਖਲੋਤੇ ਨੇ ਡਟ ਕੇ ਖਲੋਤੇ ਨੇ ਦੋਨਾਂ ਬਾਪ ਦਾ ਜ਼ਿਕਰ ਨਹੀਂ ਕੀਤਾ ਪੁੱਤਰਾਂ ਦਾ ਜ਼ਿਕਰ ਕੀਤਾ RAM ਜਪੋ ਜੀ ਐਸੇ ਐਸੇ ਤ੍ਰੂ ਪ੍ਰਹਿਲਾਦ ਜਪਿਓ ਹਰ ਜੈਸੇ ਤ੍ਰੂ ਤੇ ਪ੍ਰਹਿਲਾਦ ਜਿਵੇਂ ਉਹਨਾਂ ਨੇ ਮਾਲਕ ਤੇ ਭਰੋਸਾ ਰੱਖਿਆ ਜਪਿਓ ਦਾ ਅਰਥ ਇੱਥੇ ਇਹ ਨਹੀਂ ਜਿਵੇਂ ਅੱਜ ਅਸੀਂ ਵਾਹਿਗੁਰੂ ਕਹਿੰਦੇ ਉਹਨਾਂ ਵੇਲੇ ਤਾਂ ਕੋਈ ਵਾਹਿਗੁਰੂ ਕਹਿੰਦੇ ਹੀ ਨਹੀਂ ਸੀ ਇਹ ਨਹੀਂ ਵੀ ਸ਼ਬਦ ਕਿਹੜੇ ਨੇ ਇਹ ਵੀ ਉਹਨਾਂ ਦਾ ਰੱਬੀ ਭਰੋਸਾ ਕਿਹੋ ਜਿਹਾ ਮੇਰਾ ਰੱਬੀ ਭਰੋਸਾ ਕਿਹੋ ਜਿਹਾ ਹਰਾਮ ਜਪੋ ਜੀ ਐਸੇ ਐਸੇ ਤਰੂ ਪ੍ਰਹਿਲਾਦ ਜਪਿਓ ਹਰ ਜੈਸੀ ਪੁੱਛ ਗੁਰੂ ਨੂੰ ਗੁਰੂ ਜੀ ਸਮਝਾਉਂਦੇ ਨੇ ਸਵਾਮੀ ਕੋ ਕਿਰਿ ਜਿਉ ਸਦਾ ਸੋਾਨ ਤਜਤ ਨਹੀਂ ਨਿਤ ਨਾਨਕ ਇਹ ਵਿਦ ਹਰ ਭਜੋ ਇਕ ਮਨ ਹੋਏ ਇਕ ਚਿਤ ਸੋਚ ਕੇ ਦੇਖੋ ਅੰਦਰ ਕੰਪ ਜਾਂਦਾ ਹੈ ਅੰਦਰ ਕੰਬ ਜਾਂਦਾ ਹੈ ਜੇ ਕਿਸੇ ਨੂੰ ਦਸੀਏ ਵੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਕੋਲ ਕੋਈ ਰੱਬੀ ਮਲਾਪ ਦੀ ਲਾਲਸਾ ਲੈ ਕੇ ਗਿਆ ਦੇ ਨਾਲ ਉਹਦੇ ਕੁੱਤਾ ਕੁਝ ਦੂਰੀ ਤੇ ਕੁੱਤਾ ਬੈਠਾ ਹੈ ਉਹ ਗੁਰੂ ਸਾਹਿਬ ਕੋਲ ਬੈਠਾ ਕੰਨ ਪੁੱਛ ਰਿਹਾ ਉਦਾਹਰਨ ਹੈ ਤੇ ਗੁਰੂ ਉਹਨੂੰ ਕਹਿਣ ਵੀ ਰੱਬ ਦੀ ਜੁਗਤੀ ਤਾਂ ਤੂੰ ਨਾਲ ਲਈ ਫਿਰਨਾ ਕਹਿਣ ਲੱਗੇ ਉਹ ਕਿਵੇਂ ਕਹਿਣ ਲੱਗੇ ਕੁੱਤੇ ਕੋਲੋਂ ਸਿੱਖ ਲੈ ਹੁਣੇ ਕੋਈ ਧਾਰਮਿਕ ਸਥਾਨ ਨਹੀਂ ਕੋਈ ਧਾਰਮਿਕ ਵਿਚਾਰ ਨਹੀਂ ਕੋਈ ਧਾਰਮਿਕ ਚਿੰਨ ਨਹੀਂ ਗੁਰੂ ਤੇਗ ਬਹਾਦਰ ਸਾਹਿਬ ਜੀ ਆਖਦੇ ਨੇ ਕਹਿੰਦੇ ਇਹ ਵਿਧੀ ਹੈ ਸ਼੍ਰਮੀ ਕੋ ਜਿਉ ਸਦਾ ਸੁਆਨ ਤਜਤ ਨਹੀਂ ਨਿਤ ਨਾਨਕ ਇਹ ਵਿਧ ਹਰ ਪਜੋ ਉਹ ਦਸੋ ਕੁੱਤਾ ਕਿਹੜਾ ਜਾਪ ਕਰਦਾ ਉਹਦੇ ਅੰਦਰਲਾ ਸ਼ਿਦਕ ਆਪਣੇ ਮਾਲਕ ਤੇ ਕਿੱਡਾ ਭਰੋਸਾ ਕਿੱਡਾ ਮਾਨ ਹੈ ਉਹਨੂੰ ਜਿਸ ਦਿਨ ਮੈਨੂੰ ਵੀ ਆਪਣੇ ਮਾਲਕ ਤੇ ਯਕੀਨ ਬਣ ਗਿਆ ਭਰੋਸਾ ਬਣ ਗਿਆ ਸੱਚ ਕਰਕੇ ਜਾਣਿਓ ਗੁਰੂ ਉਪਦੇਸ਼ ਨੇ ਹੀ ਮੈਨੂੰ ਇਹ ਸ਼ਾਰੀਆਂ ਗੱਲਾਂ ਦੇ ਗਿਆਨ ਕਰਾਉਣਾ ਜਦੋਂ ਮੈਂ ਇਸ ਢੰਗ ਨਾਲ ਜਪਾਂਗਾ ਇਸ ਢੰਗ ਨਾਲ ਵਿਚਾਰਾਂਗਾ ਤਾਂ ਯਕੀਨ ਕਰਕੇ ਜਾਣਿਓ ਉਸ ਦਿਨ ਮੇਰੇ ਅੰਦਰੋਂ ਸਭ ਕਿਲਬਿਖ ਪਾਪ ਦੁੱਖ ਲੈ ਜਾਵੇ ਸਾਰਾ ਕੁਝ ਖਤਮ ਹੋ ਜਾਏਗਾ ਅਸੀਂ ਸੱਚ ਦੇ ਧਰਮੀ ਬਣ ਜਾਗੇ ਜਿਹੋ ਜਿਹਾ ਸਾਡਾ ਪਹਿਰਾਵਾ ਹੋਏਗਾ ਉਹੋ ਜਿਹਾ ਸਾਡਾ ਅੰਦਰ ਹੋਵੇਗਾ ਜਿਹੋ ਜਿਹਾ ਸਾਡਾ ਅੰਦਰ ਹੋਵੇਗਾ ਉਹੋ ਜਿਹਾ ਸਾਡਾ ਬਾਹਰ ਹੋਵੇਗਾ ਫਿਰ ਝੇਕਦੀ ਕਰਨ ਦੀ ਲੋੜ ਨਹੀਂ ਪੈਗੀ ਹਕੀਕਤ ਅੰਦਰ ਜੋ ਹੈ ਉਹੀ ਦਿਲੋਂ ਮੁਹੱਬਤ ਜਿੰਨ ਸੇਈ ਸੱਚਿਆ ਜਿੰਨ ਮਨਹੋਰ ਮੁਖਹੋਰ ਸੇ ਕਾਂਡੇ ਕੱਟਿਆ ਅੰਦਰੋਂ ਹੀ ਰੱਬ ਦੇ ਪਿਆਰ ਵਿੱਚ ਛੁੜ ਜਾਗੇ ਆਓ ਕੋਸ਼ਿਸ਼ करिए ਦੇ ਤਾਰੀਆਂ ਡੇਰਿਆਂ ਕਰਮ ਕਾਂਡਾਂ ਵਿੱਚੋਂ ਸਭ ਕੁਲੋਂ ਨਿਕਲ ਕੇ ਸਤਿਗੁਰੂ ਦੀ ਬਾਣੀ ਨੂੰ ਸਮਝੀਏ ਉਪਦੇਸ਼ ਨੂੰ ਸਮਝੀਏ ਸਾਨੂੰ ਕਿਵੇਂ ਦਾ ਜਾਪ ਜਪਣ ਦੀ ਪ੍ਰੇਰਣਾ ਕਰਦੇ ਨੇ ਸਾਨੂੰ ਕਿਵੇਂ ਦਾ ਧਰਮ ਕਮਾਉਣ ਦੀ ਪ੍ਰੇਰਣਾ ਕਰਦੇ ਨੇ ਉਹਨਸੀ ਧਾਰਮਿਕ ਸਥਾਨਾਂ ਤੇ ਗਏ ਤੇ ਬੜੇ ਬੀਬੇ ਬਣ ਜਾਣੇ ਆ ਫਿਰ ਇੱਕ ਘਰ ਘਰ ਅੰਦਰ ਧਰਮਸ਼ਾਲ ਬਣ ਜਾਣੀ ਹੈ ਜੋ ਗੁਰਦੁਆਰਾ ਸਾਹਿਬ ਵਿੱਚ ਜਾਂ ਧਾਰਮਿਕ ਸਥਾਨਾਂ ਤੇ ਅਸੀਂ ਦੇਵਤਿਆਂ ਵਰਗੇ ਬਣੇ ਹੋਨੇ ਆ ਉਹੋ ਜਿਹਾ ਜੀਵਨ ਸਾਨੂੰ ਘਰ ਬਣ ਜਾਣਾ ਜਿਸ ਦਿਨ ਅਸੀਂ ਗੁਰੂ ਉਪਦੇਸ਼ ਅਨੁਸਾਰ ਜਪਣਾ ਸ਼ੁਰੂ ਕਰ ਦਿੱਤਾ ਸਾਡੇ ਸਭਨਾ ਦੇ ਘਰਾਂ ਵਿੱਚ ਹਰ ਮਾਂ اپنی نو ਨੂੰ ਪਿਆਰ ਕਰੇਗੀ ਧੀ ਮੰਗੂ ਹਰ نو ਆਪਣੀ ਮਾਂ ਨੂੰ ਪਿਆਰ ਕਰੇਗੀ ਸਾਥ ਨੂੰ ਪਿਆਰ ਕਰੇਗੀ ਮਾਂ ਮੰਗ ਹਰ ਘਰ ਵਿੱਚ ਬੱਚਿਆਂ ਨੂੰ ਪਾਲਿਆ ਜਾਏਗਾ ਤੇ ਬਜ਼ੁਰਗਾਂ ਨੂੰ ਸੰਭਾਲਿਆ ਜਾਏਗਾ ਘਰ ਘਰ ਅੰਦਰ ਸੁਖ ਵਰਤਣਗੇ ਘਰ ਘਰ ਤੋਂ ਆਵਾਜ਼ ਆਏਗੀ ਸੁਣੇ ਦੁੱਖ ਪਾਪ ਕਾ ਨਾਸ ਆਓ ਪਿਆਰ ਵਾਲਿਓ ਅਜ ਇੱਕ ਕੋਸ਼ਿਸ਼ ਕਰੀਏ ਪਏ ਮੈਂ ਗੁਰੂ ਜੀ ਦੇ ਉਪਦੇਸ਼ ਨੂੰ ਪੁੱਛ ਕੇ ਗੁਰਬਾਣੀ ਮੈਨੂੰ ਕਿਹੋ ਜਿਹੇ ਜਾਪ ਜਪਣ ਦੀ ਪ੍ਰੇਰਣਾ ਦਿੰਦੀ ਹੈ ਗੁਰਬਾਣੀ ਮੈਨੂੰ ਕਿਵੇਂ ਦੇ ਗੁਰਬਾਣੀ ਸਾਨੂੰ ਕਿਹੋ ਜਿਹਾ ਧਰਮ ਕਮਾਉਣ ਦੀ ਪ੍ਰੇਰਣਾ ਦਿੰਦੀ ਹੈ ਗੁਰਬਾਣੀ ਸਾਨੂੰ ਕਿਹੜੇ ਕੁਰਾਹਾਂ ਨੂੰ ਛੱਡ ਕੇ ਕਿਹੜੀਆਂ ਕੁਆਟਰੀਆਂ ਨੂੰ ਛੱਡ ਕੇ ਕਿਹੜੇ ਪੁੱਠੇ ਰਾਹਾਂ ਨੂੰ ਛੱਡ ਕੇ ਸੱਚੇ ਮਾਰਗ ਦੇ ਪੰਧ ਹੀ ਬਣਨ ਦੀ ਪ੍ਰੇਰਣਾ ਦਿੰਦੀ ਹੈ ਉਹਨਾਂ ਗੱਲਾਂ ਨੂੰ ਜੀਵਨ ਵਿੱਚ ਧਾਰਨ ਕਰੀ ਗੁਰੂ ਕਿਰਪਾ ਕਰੇ ਕਿੱਡੇ ਚੰਗੇ ਨੇ ਉਹ ਲੋਕ ਜਿਨ੍ਹਾਂ ਨੂੰ ਬਾਣੀ ਯਾਦ ਹੈ ਤੇ ਉਸ ਤੋਂ ਅੱਗੇ ਤੁਰੀਏ ਸਾਡੇ ਜੀਵਨ ਵਿੱਚ ਵੀ ਬਾਣੀ ਦੀ ਰੋਸ਼ਨੀ ਆਵੇ ਗੁਰਬਾਣੀ ਇੱਥੇ ਜਗ ਮੈਂ ਚਾਨਣ ਕਰਮ ਬਸੈ ਮਨ ਆਏ ਛੜੀ ਜ਼ਿੰਦਗੀ ਦੀਆਂ ਠੋਕਰਾਂ ਮੁੱਕ ਜਾਣੀਆਂ ਹਨੇਰੇ ਖਤਮ ਹੋ ਜਾਣੇ ਅਵਲ ਅੱਲਾ ਦਾ ਨੂਰ ਮਿਲ ਜਾਏਗਾ ਰੱਬੀ ਰਾਹ ਦੇ ਤੁਰਦਿਆਂ ਜੀਵਨ ਦੀ ਪਟਕਣਾ ਖਤਮ ਹੋ ਜਾਏਗੀ ਗੁਰੂ ਉਪਦੇਸ਼ ਅਨੁਸਾਰ ਜਪਣ ਦੀ ਕੋਸ਼ਿਸ਼ करिए ਅੰਮ੍ਰਿਤ ਬੋਲਾਂ ਦੇ ਨਾਲ ਜੁੜੀਏ ਸਤਿਗੁਰੂ ਦੇ ਬਚਨਾਂ ਨਾਲ ਜੁੜੀਏ ਬਹੁਤ ਵਾਰੀ ਬੇਨਤੀ ਕਰਨਾ ਇਹ ਕਰਕੇ ਸਮਾਪਤੀ ਵਾਲੇ ਪਾਸੇ ਨੂੰ ਆਈਏ ਮੱਖੀ ਨੂੰ ਪਤਾ ਹੈ ਫੋਟੋ ਕੀ ਹੈ ਤੇ ਅਸਲੀਅਤ ਕੀ ਹੈ ਬੜੀ ਬੜੀ ਉਦਾਹਰਨ ਦਿੱਤੀ ਤੁਹਾਡੇ ਨਾਲ ਸਾਂਝੀ ਕੀਤੀ ਹੈ ਆਮ ਕਰਕੇ ਹਰ ਇੱਕ ਬੰਦੇ ਦੇ ਸਮਝਣ ਦੀ ਸਹੂਲਤ ਵਾਸਤੇ ਹਲਵਾਈ ਨੇ ਆਪਣੀ ਦੁਕਾਨ 'ਤੇ ਬਣਦੀਆਂ ਮਠਿਆਈਆਂ ਦੀਆਂ ਫੋਟੋਆਂ ਲਾਈਆਂ ਹੁੰਦੀਆਂ ਨੇ ਤਾਂ ਕਿ ਗਾਹਕ ਦੀ ਸਹੂਲਤ ਹੋਵੇ ਉਹਨੂੰ ਪਤਾ ਲੱਗ ਜਾਏ ਵੀ ਕਿਸੇ ਮਠਿਆਈ ਦਾ ਨਾਂ ਨਾਂ ਵੀ ਪਤਾ ਹੋਵੇ ਤੇ ਉਹ ਤਸਵੀਰ ਵਿੱਚੋਂ ਦੇਖ ਕੇ ਫੈਸਲਾ ਕਰ ਸਕੇ ਹੁਣ ਗਲਵਾਈ ਦੀ ਦੁਕਾਨ ਤੇ ਫੋਟੋਆਂ ਲੱਗੀਆਂ ਨੇ ਪਰ ਫੋਟੋਆਂ ਟੱਕੀਆਂ ਨਹੀਂ ਜਿਹੜਾ ਮਠਿਆਈ ਦਾ ਉਹੀ ਥਾਲ ਜਿਹਦੀ ਫੋਟੋ ਖਿੱਚ ਕੇ ਲਾਈ ਹੈ ਉਹ ਟਕਿਆ ਹੋਇਆ ਉਹਨੂੰ ਪੁੱਛਿਆ ਵੀ ਕਿਉਂ ਉਹ ਕਹਿੰਦਾ ਜਿਹੜੀ ਮੱਖੀ ਹੈ ਨਾ ਉਹ ਇਹਨਾਂ ਤੇ ਬੈਠਦੀ ਫੋਟੋ ਤੇ ਨਹੀਂ ਬੈਠਦੀ ਉਹ ਰਹੀ ਜੇ ਲੱਡੂ ਨੇ ਫੋਟੋ ਵਿੱਚ ਵੀ ਇੱਕ ਮੱਖੀ ਨੂੰ ਵੀ ਪਤਾ ਹੈ ਵੀ ਤੇਰੀ ਭੁੱਖ ਤੇਰੀ ਤ੍ਰਿਪਤੀ ਇਹਨਾਂ ਲੱਡੂਆਂ ਨੇ ਕਰਨੀਆਂ ਫੋਟੋ ਵਾਲੇ ਲੱਡੂਆਂ ਨੇ ਨਹੀਂ ਕਰਨੀਆਂ ਇੱਕ ਮੱਖੀ ਨੂੰ ਵੀ ਪਤਾ ਹੈ ਘਰਾਂ ਦੇ ਵਿੱਚ ਕਿੱਡੇ ਘਟੌਣੇ ਹੁੰਦੇ ਪਏ ਨੇ ਪਰ ਕਦੇ ਕੋਈ ਕੁੱਤਾ ਕਿਸੇ ਘਟੌਣੇ ਨਾਲ ਖੇੜ ਤੇ ਸਕਦਾ ਹੈ ਪਰ ਉਹਦਾ ਸ਼ਿਕਾਰ ਨਹੀਂ ਕਰਦਾ ਉਹਦੇ ਮਗਰ ਨਹੀਂ ਹੋਵੇਂ ਭੱਜਦਾ ਕੁੱਤੇ ਨੂੰ ਵੀ ਪਤਾ ਹੈ ਵੀ ਇਹ ਖਡੋਣਾ ਹੈ ਇਹ ਅਸਲ ਵਿੱਚ ਖਰਗੋਸ਼ ਨਹੀਂ ਹੈ ਅਸਲ ਵਿੱਚ ਉਹ ਪੰਛੀ ਨਹੀਂ ਪਸ਼ੂ ਨਹੀਂ ਜਿਹਦਾ ਮੈਂ ਸ਼ਿਕਾਰ ਕਰਨਾ ਕਨੇਨੇ ਪਸ਼ੂ ਪੰਛੀ ਸਿਆਣੇ ਜਿਹੜੇ ਸਮਝ ਲੈਂਦੇ ਨੇ ਮੂਰਤੀ ਤੇ ਅਸਲੀਅਤ ਕੀ ਹੈ ਪਰ ਬੰਦੇ ਨੂੰ ਅਜੇ ਤੱਕ ਨਹੀਂ ਸਮਝ ਆਈ ਇਹ ਹਜੇ ਵੀ ਫੋਟੋਆਂ ਪਿੱਛੇ ਪੈ ਕੇ ਅਸਲੀਅਤ ਨੂੰ ਛੱਡੀ ਬੈਠਾ ਆਉ ਉਪਦੇਸ਼ ਗੁਰੂ ਹਰ ਹਰ ਜਪ ਜਾਪੈ ਸਭ ਕਿਲ ਵਿਖ ਪਾਪ ਦੁਖ ਲੈ ਜਾਵੇ ਫਿਰ ਇਨ ਧਰਮ ਕਸ਼ਟਾਨ ਤੇ ਕਹਿਰ ਨਹੀਂ ਹੋਵੇਗਾ ਧਰਮ ਕਸ਼ਟਾਨਾਂ ਤੇ ਵੀ ਧਰਮ ਕਮਾਇਆ ਜਾਂਦਾ ਹੋਏਗਾ ਜਿਸਦਨ ਗੁਰੂ ਨਾਨਕ ਸੇਵ ਨੇ ਨਜ਼ਰ ਪਰ ਕੇ ਤੱਕਿਆ ਸੀ ਬਾਬਾ ਦੇਖੇ ਧਿਆਨ ਤਰ ਜਲਤੀ ਸ ਪ੍ਰਥਮੀ ਜਿਸ ਆਈ ਬਾਜੋ ਗੁਰੂ ਗੋਬਾਰ ਹੈ ਹੇ ਹੇ ਕਰਦੀ ਸੁਣੀ ਲੁਕਾਈ ਇਸੇ ਤਰ੍ਹਾਂ ਦਾ ਸਮਾਂ ਨਿਰੰਤਰ ਚੱਲਦਾ ਹੀ ਰਹਿੰਦਾ ਹੈ ਅੱਜ ਵੀ ਆਪਾਂ ਧਿਆਨ ਮਾਰ ਕੇ ਦੇਖੀਏ ਧਰਮਿਕ ਕਸ਼ਟਾਨਾਂ ਤੇ ਵੀ ਹੋ ਰਹੇ ਕੋ ਕੰਮ ਧਰਮਿਕ ਕਸ਼ਟਾਨਾਂ ਤੇ ਵੀ ਹੋ ਰਹੇ ਬੁਰੇ ਕਰਮ ਉਹ ਸਭ ਨੂੰ ਠੱਲ ਪੈ ਸਕਦੀ ਹੈ ਚੰਗੇ ਨੇਕ ਇਨਸਾਨ ਬਣ ਸਕਨੇ ਆਪਾਂ ਜੇ ਕਿਤੇ ਗੁਰੂ ਦੇ ਉਪਦੇਸ਼ ਦਾ ਲੜ ਪਕੜ ਲਈਏ ਆਓ ਪੰਗਤੀ ਪੜ ਕੇ ਸਮਾਪਤੀ ਕਰੀਏ ਉਪਦੇਸ਼ ਗੁਰੂ ਹਰ ਹਰ ਜਪ ਜਾਪੇ ਸਭ ਕਿਲビック ਪਾਪ ਦੁਖ ਲੈ ਜਾਵੇ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਨੂੰ ਖਿਮਾ ਮੰਗਨੇ ਗੁਰੂ ਚਰਨਾਂ ਨਾਲ ਜੁੜ ਕੇ ਜੀਵਨ ਦਾ ਲਾਖਾ ਲੈਣ ਦੀ ਕੋਸ਼ਿਸ਼ ਕਰੀਏ ਪਿਆਰ ਨਾਲ ਅਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ